ਸਤਿ ਸ਼੍ਰੀ ਅਕਾਲ ਜੀ, ਮੈਂ ਰਣਦੀਪ ਸਿੰਘ ਰਾਓ। ਹਾਜ਼ਰ ਹਾਂ ਪ੍ਰੋਗਰਾਮ ਸਿੱਧੀ ਗੱਲ ਲੈ ਕੇ ਜੁੜਦੇ ਹਾਂ ਪੱਤਰਕਾਰ ਸੁਖਨੈਬ ਸਿੰਘ ਸਿੱਧੂ ਨਾਲ। ਸਿੱਧੂ ਸਾਹਿਬ, ਸਵਾਗਤ ਹੈ ਜੀ। ਮਿਹਰਬਾਨੀ ਰਾਓ ਸਾਹਿਬ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਿੱਧੂ ਸਾਹਿਬ, ਭਾਰਤ ਤੋਂ ਅਮਰੀਕਾ ਨੂੰ ਡੌਂਕੀ ਲਾਉਂਦਿਆਂ ਬਾਰੇ ਤਾਂ ਬਹੁਤ ਖਬਰਾਂ ਸੁਣਦੇ ਹਾਂ ਆਪਾਂ। ਇੱਕ ਨਵਾਂ ਮਾਮਲਾ ਸ਼ੁਰੂ ਸਾਹਮਣੇ ਆਇਆ ਜੀ ਕਿ ਅਮਰੀਕਾ ਨੂੰ ਭਾਰਤੀ ਜੋੜਾ ਜਾ ਰਿਹਾ ਸੀ, ਉਹ ਕਿਸੇ ਪਾਕਿਸਤਾਨੀ ਦੀ ਕੈਦ 'ਚ ਆ ਗਿਆ। ਕਿਹੜੇ ਦੇਸ਼ 'ਚ ਆਇਆ ਜੀ ਇਹ? ਇਹ ਨਾ ਜੀ, ਇੱਥੋਂ ਕਿਉਂਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਭਾਰਤ ਦੇ ਵਿੱਚੋਂ ਬਾਹਰ ਜਾਣ ਵਾਲਿਆਂ ਦਾ ਲੰਮਾ ਕਾਫਲਾ ਹੈ। ਹਰੇਕ ਹਾਂਜੀ ਵਿਅਕਤੀ ਚਾਹੁੰਦਾ ਕਿ ਇੱਥੋਂ ਨਿਕਲੀਏ, ਜਿਵੇਂ ਮਰਜ਼ੀ ਨਿਕਲੀਏ। ਸੋ ਇਹੋ ਜਿਹਾ ਹਾਂਜੀ ਕੁਛ ਪਟੇਲਾਂ ਦੇ ਨਾਲ ਹੋਇਆ। ਗੁਜਰਾਤ ਦੇ ਵਿੱਚੋਂ 2 ਨੰਬਰ 'ਚ ਜਾਣ ਵਾਲਿਆਂ ਦਾ ਅੰਕੜਾ ਬਹੁਤ ਵੱਡਾ ਹੈ। ਇੱਕ ਹੋਰ ਗੱਲ ਦੱਸਾਂ ਕਿ ਗੁਜਰਾਤ ਦੇ ਵਿੱਚ ਜੀ ਜਿਹੜੇ ਨਾ ਕੁਛ ਇਹੋ ਜਿਹੇ ਪਿੰਡ ਹੈ ਤੇ ਉੱਥੋਂ ਦੇ ਲੋਕ ਜਿਹੜੇ ਸਾਧਨ ਸੰਪੰਨ ਨੇ, ਅਮਰੀਕਾ 'ਚ ਬੈਠੇ, ਉਹ ਇਹ ਚਾਹੁੰਦੇ ਆ ਕਿ ਸਾਡੇ ਇੱਥੋਂ ਦੇ ਲੋਕ, ਸਾਡੇ ਪਿੰਡ ਦੇ ਵਸਨੀਕ ਆ ਜਿਹੜੇ, ਉਹ ਬਾਹਰ ਨਿਕਲਣ। ਅਹਿਮਦਾਬਾਦ ਦੇ ਨੇੜੇ ਦਾ ਇਲਾਕਾ ਇਹ ਦੱਸਿਆ ਜਾਂਦਾ, ਉਹ ਉੱਥੇ ਅਮਰੀਕਾ ਦੇ ਵਿੱਚੋਂ ਵੀ ਉਹ ਹਰ ਹੀਲਾ ਵਸੀਲਾ ਵਰਤ ਕੇ ਉਹਨਾਂ ਨੂੰ ਅਮਰੀਕਾ ਪਹੁੰਚਾਉਣ ਦੇ ਵਾਸਤੇ ਉਹ ਫੰਡਿੰਗ ਵੀ ਕਰਦੇ ਆ। ਸਾਡੇ ਵਾਲਿਆਂ 'ਚ ਹੈ ਨਹੀਂ, ਔਰ ਮੈਨੂੰ ਲੱਗਦਾ ਸਹਿਯੋਗ ਦੀ ਗੱਲ ਤਾਂ ਹੋਵੇ, ਐਂ ਡੌਂਕੀ ਲਾਉਣ ਦਾ ਸਿਸਟਮ ਨਾ ਹੋਵੇ। ਹੁਣ ਜਿਹੜੀ ਖਬਰ ਆਈ ਕਿ ਉਹਨਾਂ ਨੇ ਨਾ ਗੁਜਰਾਤ ਦੀ ਇਹ ਫੈਮਿਲੀ, ਨਰੋਦਾ ਥਾਣਾ ਆਉਂਦਾ ਹੈ ਅਹਿਮਦਾਬਾਦ ਨਗਰ ਦਾ, ਉੱਥੋਂ ਦੇ ਰਹਿਣ ਵਾਲੇ ਆ। ਇਹਨਾਂ ਨੇ ਸੰਪਰਕ ਕੀਤਾ ਇੱਕ ਏਜੰਟ ਦੇ ਨਾਲ, ਏਜੰਟ ਸੀਗਾ ਪਾਕਿਸਤਾਨ ਦਾ। ਉਹਨੇ ਇਹਨਾਂ ਨੇ ਏਅਰ ਟਿਕਟਾਂ ਵੀ ਬਣਾਤੀਆਂ ਤੇ ਕਹਿੰਦਾ ਵੀ ਆ ਜਾਓ ਤਹਿਰਾਨ, ਇਰਾਨ ਦਾ ਏਅਰਪੋਰਟ। ਉੱਥੇ ਜਦੋਂ ਇਹ ਉਤਰੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਉਹਨੇ ਇਹਨਾਂ ਨੂੰ ਹੋਟਲ ਬੁੱਕ ਕੀਤਾ ਹੋਇਆ ਸੀ, ਹੋਟਲ 'ਚ ਗਏ ਤੇ ਹੋਟਲ 'ਚ ਲਿਜਾ ਕੇ ਕੁੱਟਮਾਰ ਕੀਤੀ ਤੇ ਵੀਡੀਓ ਬਣਾ ਕੇ ਘਰੇ ਭੇਜਦੀ ਕਿ ਇੰਨੇ ਪੈਸੇ ਹੋਰ ਦਿਓ। ਜਿਹੜੇ ਪਹਿਲਾਂ ਪੈਸੇ ਦਿੱਤੇ ਸੀ ਉਹ ਤਾਂ ਗਏ, ਅਜੇ ਉਹ ਅਮਰੀਕਾ ਨਹੀਂ ਪਹੁੰਚੇ, ਪਰ ਦੂਜੇ ਪਾਸੇ ਉਹਨਾਂ ਤੋਂ ਹੋਰ ਪੈਸੇ ਮੰਗੇ ਜਾ ਰਹੇ ਨੇ। ਇਸ ਕਰਕੇ ਇੱਕ ਸੂਤੇ ਫਸੇ ਨੇ। ਇਹਦੀ ਹੁਣ ਜਿਹੜੀ ਸੂਹ ਹੈ ਉਹ ਇੱਥੇ ਪਹੁੰਚੀ ਹੋਈ ਹੈ ਗੁਜਰਾਤ ਦੇ ਵਿੱਚ, ਕਿਉਂਕਿ ਪਰਿਵਾਰ ਨੇ ਇੱਥੇ ਕੰਪਲੇਂਟ ਕੀਤੀ ਹੈ। ਉਹ ਕਹਿੰਦੇ ਮਾਮਲਾ ਤਾਂ ਦਰਜ ਕਰ ਸਕਦੇ ਹਾਂ ਪਰ ਇਹ ਮਾਮਲਾ ਉੱਥੋਂ ਦਾ ਨਹੀਂ ਹੈ, ਇਸ ਕਰਕੇ ਇਹਦੀ ਕਾਰਵਾਈ ਹੈ ਜਿਹੜੀ ਉਹ ਤਾਂ ਵੱਡੇ ਪੱਧਰ ਤੇ ਕਰਨੀ ਪਊ, ਔਰ ਉਸ ਨੂੰ ਕਾਨੂੰਨੀ ਐਸਪੈਕਟਸ ਤੋਂ ਦੇਖਣਾ ਪੈਣਾ ਕਿ ਕਾਰਵਾਈ ਹੋ ਕਿਵੇਂ ਸਕਦੀ ਹੈ। ਬੰਦਾ ਪਾਕਿਸਤਾਨ ਦਾ ਵਸਨੀਕ ਹੈ, ਘਟਨਾਕ੍ਰਮ ਹੈ ਤਹਿਰਾਨ ਇਰਾਨ ਦਾ ਹੈ, ਤੇ ਇਹ ਜਿਹੜੇ ਪੀੜਤ ਨੇ ਉਹ ਦੱਸੇ ਜਾਂਦੇ ਨੇ ਗੁਜਰਾਤ ਦੇ, ਇੰਡੀਆ ਦੇ। ਸੋ ਤਾਂ ਕਰਕੇ ਇਹ ਮਸਲਾ ਹੈ, ਔਰ ਇਹ ਇੱਕ ਨਹੀਂ, ਇਹੋ ਜਿਹੇ ਬਹੁਤ ਸਾਰੇ ਮਸਲੇ ਸਾਹਮਣੇ ਆ ਰਹੇ ਆ। ਥੋੜੀ ਦੇਰ ਪਹਿਲਾਂ ਵੀ ਇੱਕ ਸਟੋਰੀ ਹੈ ਜਿਹੜੀ ਬੀਬੀਸੀ ਨੇ ਕੀਤੀ ਸੀ, ਉਸਨੇ ਵੀ ਦੱਸਿਆ ਸੀ ਕਿ ਟਰਕੀ ਦੇ ਵਿੱਚ ਵੀ ਬਹੁਤ ਸਾਰੇ ਲੋਕ ਹੈ, ਉਹਨਾਂ ਨੂੰ ਉੱਥੇ ਉਤਾਰ ਲਿਆ ਜਾਂਦਾ ਕਿਰਾਂ ਕਿ ਗਾਹਾਂ ਅਮਰੀਕਾ ਜਾਵਾਂਗੇ, ਇੱਕ ਥਾਂ ਦਾ ਵੀਜ਼ਾ ਲੈ ਕੇ ਜਾਂ ਕੁਛ ਹੋਰ ਹੈ, ਉੱਥੇ ਫਿਰ ਉਹ ਕਿਸੇ ਤਰੀਕੇ ਦੇ ਨਾਲ ਫਸ ਜਾਂਦੇ ਆ, ਜਾਂ ਵੀਜ਼ੇ ਹੀ ਉਹਨਾਂ ਦੇ, ਇਹ ਸਾਹਮਣੇ ਆਏ ਸੀ ਕਿ ਵੀਜ਼ੇ ਜਿਹੜੇ ਫਰਜ਼ੀ ਲਵਾ ਕੇ ਦਿੱਤੇ ਸੀ ਗਾਹਾਂ ਦੇ, ਉਹ ਅੜਿੱਕੇ ਆ ਜਿਹੜੇ ਉਹ ਲਗਾਤਾਰ ਆ ਰਹੇ ਆ, ਪਰ ਲੋਕ ਹਾਲੇ ਤੱਕ ਟਲ ਨਹੀਂ ਰਹੇ। ਉਹਨਾਂ ਨੂੰ ਇਹ ਲੱਗਦਾ ਕਿ ਜਿਹੜਾ ਮਰਜ਼ੀ ਤਰੀਕਾ ਹੋਵੇ ਅਸੀਂ ਵਿਦੇਸ਼ ਜਾਈਏ, ਇੱਥੋਂ ਨਾਲੋਂ ਚੰਗੇ ਆ। ਸੋ ਇੱਥੇ ਹਾਲਾਤ ਸਾਜ਼ਗਾਰ ਹੋਣ ਤਾਂ ਸ਼ਾਇਦ ਲੋਕ ਉਧਰ ਨਾ ਝਾਕਣ, ਏਡੀ ਲੁੱਟ ਨਾ ਹੋਵੇ, ਪਰ ਇੱਥੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਅਸੀਂ ਵੱਖ ਵੱਖ ਥਾਵਾਂ ਦੇ ਉੱਤੇ ਦੇਖਦੇ ਹਾਂ ਕਿ ਜਿਹਨੂੰ ਮੌਕਾ ਮਿਲਦਾ ਵਿਦੇਸ਼ ਜਾਣਾ ਚਾਹੁੰਦਾ ਔਰ ਹਰ ਹੀਲਾ ਵਸੀਲਾ ਵਰਤ ਕੇ ਜਾਣਾ ਚਾਹੁੰਦਾ। ਸੋ ਹਿਰਦਤਾ ਸਰਕਾਰਾਂ ਨੂੰ ਹੋਣ ਦੀ ਲੋੜ ਹੈ, ਪਰ ਦੂਜੇ ਪਾਸੇ ਜਾਣ ਵਾਲਿਆਂ ਨੂੰ ਵੀ ਦੇਖਣਾ ਚਾਹੀਦਾ ਕਿ ਜਿਹਦੇ ਰਾਹੀਂ ਜਾ ਰਹੇ ਹਾਂ, ਪੈਸੇ ਲਾ ਕੇ ਜਾ ਰਹੇ ਹਾਂ, ਕੀ ਸਾਡੀ ਜ਼ਿੰਦਗੀ ਸੁਰੱਖਿਅਤ ਹੈ, ਕੀ ਸਾਡਾ ਪੈਸਾ ਸੁਰੱਖਿਅਤ ਹੈ। ਕਿਉਂਕਿ ਜਦੋਂ ਲੈ ਕੇ ਜਾਣਾ ਅਗਲੇ ਨੇ ਬੜੇ ਸਬਜ਼ ਬਾਗ ਦਿਖਾਉਂਦੇ ਆ, ਪਰ ਜਦੋਂ ਉੱਥੇ ਜਾ ਕੇ ਪਤਾ ਲੱਗਦਾ ਉੱਥੇ ਕਹਾਣੀ ਹੋਰ ਹੁੰਦੀ ਹੈ ਰਾਓ ਸਾਹਿਬ। ਸਿੱਧੂ ਸਾਹਿਬ, ਦੋ ਤਰ੍ਹਾਂ ਦੇ ਮੋਬਾਈਲ ਨਾਲ ਆਪਾਂ ਗੱਲ ਕਰਨ ਦੇ ਜੁੜਦੇ ਨੇ। ਇੱਕ ਤਾਂ ਹੈੱਡਫੋਨ ਹੈ ਜੀ, ਇੱਕ ਈਅਰਫੋਨ ਹੈ। ਹੈੱਡਫੋਨ ਦਾ ਤਾਂ ਚਲੋ ਦੂਰੋਂ ਪਤਾ ਲੱਗ ਜਾਂਦਾ ਵੀ ਬੰਦੇ ਨੇ ਬਾਹਰੋਂ ਫੋਪੇ ਜੇ ਚਾੜ ਰੱਖੇ ਨੇ ਕੰਨਾਂ ਦੇ, ਗੱਲ ਕਰ ਰਿਹਾ ਹੈ। ਅੱਜ ਕੱਲ੍ਹ ਈਅਰਫੋਨ ਇਹੋ ਜਿਹੇ ਆ ਗਏ ਜਿਹੜੇ ਕੋਈ ਤਾਂ ਪੱਗ ਦੇ ਵਿੱਚ ਫਸਾਈ ਫਿਰਦਾ, ਕਿਸੇ ਦਾ ਕੰਨ ਦੇ ਵਿੱਚ ਲੱਗੇ ਹੁੰਦੇ ਨੇ, ਪਤਾ ਵੀ ਨਹੀਂ ਲੱਗਦਾ ਵੀ ਈਅਰਫੋਨ ਲੱਗਿਆ ਹੈ ਜਾਂ ਨਹੀਂ। ਬੰਦਾ ਜਦੋਂ ਗੱਲ ਕਰ ਰਿਹਾ ਹੁੰਦਾ ਇਹ ਲੱਗਦਾ ਹੁੰਦਾ ਨਾਲ ਬੈਠੇ ਨੂੰ ਇਹ ਲੱਗੂ ਮੇਰੇ ਵਰਗਾ ਹੰਗਾਰਾ ਭਰੀਓ। ਹਾਂਜੀ ਹਾਂਜੀ, ਬਾਅਦ 'ਚ ਪਤਾ ਲੱਗਦਾ ਵੀ ਤਾਂ ਕਿਸੇ ਹੋਰ ਨਾਲ ਹੀ ਗੱਲ ਕਰ ਰਿਹਾ। ਇਹਦੇ ਨਾਲ ਜੁੜੀਆਂ ਘਟਨਾਵਾਂ ਇਹੋ ਜਿਹੀਆਂ ਵੀ ਆਪਾਂ ਸੁਣੀਆਂ ਨੇ, ਜਿਹੜਾ ਕੋਈ ਰੇਲਵੇ ਟਰੈਕ ਤੋਂ ਲੰਘ ਰਿਹਾ ਹੈ। ਇੱਕ ਵਾਰ ਪਟਿਆਲੇ ਦੀ ਗੱਲ ਸੀ, ਇੱਕ ਕੁੜੀ ਨੇ ਕੰਨਾਂ 'ਚ ਲਾਏ ਹੋਏ ਸੀ ਏਅਰਫੋਨ ਤੇ ਉਧਰੋਂ ਟ੍ਰੇਨ ਆ ਗਈ, ਉਹਦੀ ਵਿਚਾਰੀ ਦੀ ਮੌਤ ਹੋ ਗਈ ਸੀ। ਤੇ ਇਸੇ ਕਰਕੇ ਮੈਂ ਸੋਚਿਆ ਵੀ ਆਪਾਂ ਇਹਦੇ ਤੇ ਵੀ ਗੱਲ ਕਰ ਲਾਂਗੇ। ਇਹਦੇ ਜਿਹੜੇ ਟਾਈਮ ਬੰਦਾ ਫੋਨ ਤੇ ਗੱਲ ਕਰ ਰਿਹਾ ਹੁੰਦਾ ਉਸ ਟਾਈਮ ਤੇ ਤਾਂ ਚਲੋ ਇਹ ਨੁਕਸਾਨ ਨੇ ਜੀ, ਕਿਸੇ ਦੀ ਆਵਾਜ਼ ਨਹੀਂ ਸੁਣਦੀ, ਕੋਈ ਖੜਕਾ ਨਹੀਂ ਸੁਣਦਾ ਤੇ ਘਟਨਾ 'ਚ ਵੀ ਆ ਜਾਂਦਾ ਹੈ। ਇਹਦੇ ਲੰਬੇ ਸਮੇਂ ਵਾਸਤੇ ਕੀ ਅਸਰ ਹੁੰਦੇ ਨੇ ਜੀ ਕੰਨਾਂ ਤੇ ਜਾਂ ਦਿਮਾਗ ਤੇ? ਰਾਓ ਸਾਹਿਬ, ਇੱਕ ਰਿਸਰਚ ਸਾਹਮਣੇ ਆਈ ਹੈ। ਇਹ ਤੋਂ ਪਹਿਲਾਂ ਮੈਂ ਦੱਸ ਰਿਹਾ ਕਿ ਮੇਰਾ ਇੱਕ ਦੋਸਤ ਸੀਗਾ, ਮੈਂ ਉਹਨੂੰ ਵੀ ਕਿਹਾ, ਨਿਊਯਾਰਕ ਦੀ ਗੱਲ ਆ, ਇਹ 10-12 ਸਾਲ ਪੁਰਾਣੀ ਗੱਲ ਹੋਊ, ਮੈਂ ਯਾਰ ਵੀ ਬਲੂਟੁੱਥ ਦਾ ਜ਼ਮਾਨਾ ਸੀ ਉਦੋਂ, ਹਾਂਜੀ ਵੀ ਹਰੇਕ ਹੀ ਬਲੂਟੁੱਥ ਲਾਈ ਫਿਰਦਾ ਸੀ। ਮੈਂ ਯਾਰ ਇੱਧਰੋਂ ਕੋਈ ਵਧੀਆ ਜਿਹਾ ਬਲੂਟੁੱਥ,
ਭੇਜਿਓ ਜਾਂ ਲੈ ਆਇਓ। ਹਾਂਜੀ ਉਹ ਕਹਿੰਦਾ ਲਿਆਉਣ ਦੀ ਕੋਈ ਗੱਲ ਨਹੀਂ, 1500 ਦਾ ਹੁੰਦਾ ਵੀ ਆ ਜਾਊਗਾ, ਪਰ ਇਹਦੇ ਸਾਈਡ ਇਫੈਕਟਸ ਨੇ, ਕਹਿੰਦਾ ਜਿਹੜੀਆਂ ਵੇਵਸ ਉਹਦੇ ਤੋਂ ਨਿਕਲਦੀਆਂ ਨੇ ਉਹ ਕਿਵੇਂ ਕਨੈਕਟ ਕਰਦੇ ਆ ਇੱਕ ਦੂਜੀ ਚੀਜ਼ ਨੂੰ, ਤੁਸੀਂ ਸਾਰਾ ਦਿਨ ਦਿਮਾਗ ਤੇ ਲਾਈ ਰੱਖੋਗੇ। ਕੰਨਾਂ ਦੇ ਕੋਲੇ ਦਿਮਾਗ ਹੁੰਦਾ ਨਾ ਬਹੁਤੇ ਲੋਕਾਂ ਦਾ, ਨਾ ਵੀ ਉਸ ਗੱਲ ਦਾ ਨੁਕਸਾਨ ਹੋਊ। ਤੇ ਕੇਰਾ ਤਾਂ ਮੈਨੂੰ ਐਂ ਲੱਗਿਆ ਕਿ ਬੰਦਾ ਊਂਟ ਰਕਾ ਰਿਹਾ, ਪਰ ਜਦੋਂ ਮੈਂ ਬਾਅਦ ਚ ਦੇਖਿਆ ਗੱਲ ਉਹ ਦਰੁਸਤ ਸੀ। ਹੁਣ ਇਹੀ ਕੁਛ ਅੱਜ ਕੱਲ ਹੋ ਰਿਹਾ, ਉਹ ਪਲੱਗ ਆ ਜਿਹੜੇ ਕੰਨਾਂ ਚ ਪਾਏ ਹੁੰਦੇ ਨੇ ਤੇ ਉਹਦੇ ਕਰਕੇ ਬੰਦਾ ਸਾਰਾ ਦਿਨ ਉਹਨਾਂ ਚ ਹੀ ਗਲਤਾਨ ਰਹਿੰਦਾ ਹੈ। ਮੈਂ ਅੱਜ ਹੁਣੇ ਇੱਕ ਖਬਰ ਹੈ ਜਿਹੜੀ, ਉਹਦੇ ਅੰਕੜੇ ਸਾਂਝੇ ਕਰਦਾ ਕਿ ਕੀ ਕੁਛ ਹੈ ਉਹਦੇ ਜ਼ਰੀਏ ਹੋ ਰਿਹਾ ਹੈ। ਘਟਨਾਕ੍ਰਮ ਹੈ ਜਿਹੜਾ ਵੱਡਾ ਹੈ, ਪਰ ਸੋਚਣ ਦੀ ਲੋੜ ਇਸ ਕਰਕੇ ਹੈ ਕਿ ਅਸੀਂ ਵੱਡੇ ਪੱਧਰ ਦੇ ਉੱਤੇ ਇਹਨਾਂ ਚੀਜ਼ਾਂ ਦੀ ਵਰਤੋਂ ਕਰ ਰਹੇ ਹਾਂ, ਪਰ ਇਹਦਾ ਨੁਕਸਾਨ ਕਿੰਨਾ ਹੈ ਉਹ ਵੀ ਸਭ ਦੇ ਸਾਹਮਣੇ ਹੈ। ਦਿਮਾਗ ਦੇ ਉੱਤੇ ਇਸ ਦਾ ਸਿੱਧਾ ਅਸਰ ਪੈਂਦਾ, ਔਰ ਤਿੰਨ ਐਕਸਪਰਟਸ ਹੈ ਜਿਹੜੇ ਉਹਨਾਂ ਦੇ ਵੱਲੋਂ ਕਹੀ ਗਈ ਗੱਲ ਸਾਹਮਣੇ ਹੈ। ਇੱਕ ਡਾਕਟਰ ਰਾਕੇਸ਼ ਸ਼੍ਰੀਵਾਸਤਵ, ਇਹ ਐਸੋਸੀਏਸ਼ਨ ਆਫ ENT ਹੈ ਨਾ ਜਿਹੜੀ, ਉਹਦੇ ਇੰਡੀਆ ਦੇ ਪ੍ਰਧਾਨ ਨੇ ਲਖਨਊ ਦੇ ਵਿੱਚ, ਨਾਲ ਪ੍ਰੋਫੈਸਰ ਵਰਿੰਦਰ ਵਰਮਾ ENT ਡਿਪਾਰਟਮੈਂਟ ਦੇ ਹੈੱਡ ਨੇ ਕਿੰਗ ਜਾਰਜ ਮੈਡੀਕਲ ਕਾਲਜ ਲਖਨਊ, ਤੇ ਡਾਕਟਰ ਸੁਨੀਲ ਅਗਰਵਾਲ, ਇਹ ਵੀ ENT ਦੇ ਸਪੈਸ਼ਲਿਸਟ ਨੇ ਇੰਦੌਰ ਦੇ ਵਿੱਚ। ਇਹਨਾਂ ਤਿੰਨਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਹੈ ਮੀਡੀਆ ਨੇ, ਤਾਂ ਉੱਥੋਂ ਕੁਝ ਗੱਲਾਂ ਖੁੱਲ੍ਹ ਕੇ ਸਾਹਮਣੇ ਆਈਆਂ ਕਿ ਈਅਰਫੋਨ ਜਾਂ ਈਅਰਬਡਸ ਹੈ ਜਿਹੜੇ ਕੰਨਾਂ 'ਚ ਫਸਾਏ ਹੁੰਦੇ ਆ, ਇਹਦੇ ਨੁਕਸਾਨ ਬਹੁਤ ਨੇ, ਪਰ ਪਿਛਲੇ ਕਈ ਸਾਲਾਂ ਤੋਂ ਇਹਦੀ ਜ਼ਰੂਰਤ ਤੋਂ ਬਿਨਾਂ ਵਰਤੋਂ ਵੀ ਹੋ ਰਹੀ ਹੈ। ਕਿਉਂਕਿ ਜਦੋਂ ਕਾਲ ਆਉਂਦੀ ਹੈ ਉਦੋਂ ਤਾਂ ਤੁਸੀਂ ਸੁਣਨਾ ਹੀ ਹੈ, ਉਦੋਂ ਬਾਅਦ ਤੁਸੀਂ ਮਿਊਜ਼ਿਕ ਸੁਣ ਰਹੇ ਹੋ ਜਾਂ ਹੋਰ ਕਿਸੇ ਤਰੀਕੇ ਨਾਲ ਇਹਨੂੰ ਲਾ ਰਹੇ ਹੋ, ਤੇ ਇਹਦੇ ਕੀ ਨੁਕਸਾਨ ਨੇ ਇਹਦਾ ਵੀ ਆਪਾਂ ਜ਼ਿਕਰ ਕਰਾਂਗੇ। ਪਰ ਇੱਕ ਰਿਸਰਚ ਆਈ ਹੈ ਕਿ ਔਸਤਨ 25.7% ਲੋਕ, 25.5 ਘੰਟਿਆਂ ਤੋਂ ਵੱਧ ਲੋਕ ਹੈ ਜਿਹੜੇ ਉਹ ਇਹਦੇ ਰਾਹੀਂ ਗਾਣੇ ਸੁਣਦੇ। ਟੋਟਲ ਜੇ ਦੇਖਣਾ ਹੋਵੇ ਐਕਸਰਸਾਈਜ਼ ਕਰਦੇ 70% ਲੋਕ ਈਅਰਬਡਸ ਦੀ ਵਰਤੋਂ ਕਰਦੇ ਆ, ਰਨਿੰਗ ਦੇ ਦੌਰਾਨ 88%, ਤੇ ਯੋਗ ਜਾਂ ਯੋਗਾ ਕਰਦੇ ਹੋਏ ਲੋਕ, ਅੱਜ ਵੀ ਯੋਗਾ ਦਿਵਸ ਮੈਨੂੰ ਲੱਗਦਾ, ਤੇ 83% ਲੋਕ ਇਧਰ ਜੁੜਦੇ ਆ। ਇਸੇ ਤਰ੍ਹਾਂ ਸਾਈਕਲਿੰਗ ਦੇ ਉੱਤੇ 73% ਲੋਕ ਹੈ ਇਹਦੀ ਵਰਤੋਂ ਕਰਦੇ ਆ। ਪਰ ਇਹਦਾ ਨੁਕਸਾਨ ਕੀ ਹੈ? WHO ਨੇ ਜਿਹੜੀ ਚੇਤਾਵਨੀ ਦਿੱਤੀ ਹੈ ਕਿ ਰੈਗੂਲਰ ਈਅਰਫੋਨ ਯੂਜ ਕਰਨ ਵਾਲੇ 2050 ਤੱਕ 70 ਕਰੋੜ ਤੋਂ ਵੱਧ ਜਿਹੜੇ ਲੋਕ ਹੈ ਉਹ ਜਾਂ ਤਾਂ ਬੋਲੇ ਹੋ ਜਾਣਗੇ ਜਾਂ ਫਿਰ ਉਹਨਾਂ ਨੂੰ ਕੰਨਾਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਲੱਗ ਜਾਣ। ਵਾਈਬ੍ਰੇਸ਼ਨ ਇਹਦੇ ਨਾਲ ਜ਼ਿਆਦਾ ਹੁੰਦੀ ਹੈ, ਇਸ ਕਰਕੇ ਜਿਹੜੇ ਸੁਣਨ ਵਾਲੇ ਸੈਲਸ ਨੇ ਉਹ ਆਪਦੀ ਸੈਂਸਿਟੀਵਿਟੀ ਖੋ ਦਿੰਦੇ ਆ, ਕਿਉਂਕਿ ਕੰਨ ਦੇ ਵਿੱਚ ਹੀ ਸਾਰਾ ਕੁਝ ਵੱਜੀ ਜਾਣਾ, ਇੱਕ ਦੂਰੋਂ ਸੁਣਨਾ, ਦੋਨਾਂ ਗੱਲਾਂ ਦਾ ਫਰਕ ਹੁੰਦਾ। ਔਰ ਇਹਦੇ ਨਾਲ ਬੋਲਾਪਣ ਹੈ ਜਿਹੜਾ ਉਹਦਾ ਸ਼ਿਕਾਰ ਹੋਣ ਦੇ ਆਸਾਰ ਵੱਧ ਰਹੇ ਆ। ਇਹ ਪ੍ਰੋਬਲਮ ਤੋਂ ਬਿਨਾਂ ਕੁਛ ਹੋਰ ਵੀ ਆ ਸਕਦੇ ਆ, ਕੰਨਾਂ ਦੇ ਵਿੱਚ ਦਰਦ, ਜਿਹੜਾ ਦੇਰ ਤੱਕ ਇਹਨੂੰ ਯੂਜ ਕਰ ਰਿਹਾ ਉਹਨਾਂ ਦੇ ਕੰਨਾਂ ਦੇ ਵਿੱਚ ਦਰਦ ਦੀ ਸੰਭਾਵਨਾ ਹੋ ਸਕਦੀ ਹੈ, ਔਰ ਨਾਲ ਹੀ ਕਈ ਵਾਰ ਦਰਦ ਇੰਨਾ ਤੇਜ਼ ਹੋ ਸਕਦਾ ਜਿਹਦੇ ਨਾਲ ਕੰਨਾਂ ਦੇ ਵਿੱਚ ਭਾਰੀਪਣ ਦੀ ਸਮੱਸਿਆ ਆਊਗੀ। ਬੋਲਾਪਣ ਦੀ ਆਪਾਂ ਗੱਲ ਕਰ ਹੀ ਲਈ ਹੈ ਕਿ ਬਹਿਰਾਪਣ ਜਿਹਨੂੰ ਹਿੰਦੀ ਦੇ ਵਿੱਚ ਕਹਿੰਦੇ ਉਹ ਹੋਊਗਾ, ਕਿਉਂਕਿ ਉਹ ਵਾਈਬ੍ਰੇਸ਼ਨ ਦੇ ਨਾਲ ਹੋਣਾ ਹੈ ਜਿਹੜੀ ਵਾਈਬ੍ਰੇਸ਼ਨ ਇਹਦੇ ਵਿੱਚ, ਕਿਉਂਕਿ ਸਟੀਰੀਓ ਹੁੰਦੇ ਨੇ ਜ਼ਿਆਦਾਤਰ ਜਿਹੜੇ ਤੁਹਾਡੇ ਕੰਨਾਂ ਦੇ ਵਿੱਚ ਸੁਣਦੇ ਹੋ, ਸਟੀਰੀਓ ਸਾਊਂਡ ਹੈ, ਕੱਲੀ ਕੱਲੀ ਚੀਜ਼ ਸੁਣੋ ਉਵੇਂ ਸੁਣਦੀ। ਫਿਰ ਕੰਨ ਸੁੰਨ ਵੀ ਹੋ ਸਕਦੇ ਆ, ਇਹ ਵੀ ਇੱਕ ਬਿਮਾਰੀ ਹੈ ਨਾਲ ਨਾਲ, ਕਿ ਤੁਹਾਨੂੰ ਚੱਕਰ ਆਉਣਗੇ, ਨੀਂਦ ਦੀ ਸਮੱਸਿਆਵਾਂ, ਇਹ ਤਾਂ ਸ਼ੁਰੂ 'ਚ ਹੀ ਹੋ ਜਾਣਗੀਆਂ, ਇਹ 2050 ਤੱਕ ਵੇਟ ਕਰਨ ਦੀ ਲੋੜ ਨਹੀਂ ਹੈ ਜੀ। ਸੁੰਨ ਦੀ ਸਮਰੱਥਾ ਜਿਹੜੀ ਉਹ ਪ੍ਰਭਾਵਿਤ ਹੋਣੀ ਹੀ ਹੋਣੀ। ਕਹਿੰਦੇ ਫਿਰ ਜਿਹੜੇ ਲੋਕ ਇਹ ਲਾਉਂਦੇ ਨੇ ਉਹ ਕਰਨ ਕੀ? ਜੇ 30 ਮਿੰਟ ਤੋਂ ਜ਼ਿਆਦਾ ਤੁਸੀਂ ਇਹਦੀ ਵਰਤੋਂ ਕਰ ਰਹੇ ਹੋ ਇਹ ਤੁਹਾਡੇ ਵਾਸਤੇ ਨੁਕਸਾਨਦਾਇਕ ਹੈ। ਦੂਜੀ ਗੱਲ ਹੈ ਕਿ ਇਹਨੂੰ ਕੰਨ 'ਚ ਲਾਉਣ ਦੇ ਨਾਲ ਇਨਫੈਕਸ਼ਨ ਵਗੈਰਾ ਵੀ ਹੁੰਦੀ ਹੈ, ਕਿਉਂਕਿ ਮੌਸਮ ਹਮੇਸ਼ਾ ਬਦਲਦਾ ਰਹਿੰਦਾ, ਸੈੱਲ ਵਗੈਰਾ ਹੁੰਦੀ ਹੈ, ਇਹਨੂੰ ਉਵੇਂ ਪ੍ਰੋਪਰ ਤਰੀਕੇ ਨਾਲ ਕਲੀਨ ਤਾਂ ਕੀਤਾ ਨਹੀਂ ਹੁੰਦਾ, ਬਸ ਰਾਤ ਨੂੰ ਡੇ ਉਦੋਂ ਹੀ ਕੰਨ 'ਚੋਂ ਕੱਢਦੇ ਨੇ ਲੋਕ ਜਦੋਂ ਇਹਨੂੰ ਰੀਚਾਰਜ ਕਰਨ ਦੀ ਲੋੜ ਹੈ। ਜਿਵੇਂ ਤੁਸੀਂ ਦੱਸਿਆ ਕਿ ਕੋਈ ਪੱਗਾਂ ਦੇ ਵਿੱਚ ਸੁੰਨੀ ਫਿਰਦੇ ਨੇ, ਤਾਂ ਬਹੁਤੇ ਆ ਜਿਹੜੇ ਉਹ ਇਹਨਾਂ ਨੂੰ ਕੰਨਾਂ 'ਚ ਲਾ ਕੇ ਤੁਰੇ ਫਿਰਦੇ ਆ। ਮਾਈ ਭਾਈ ਬੀਬੀਆਂ ਜਿਹਦਾ ਵੀ ਸੂਤ ਆਉਂਦਾ ਹਰੇਕ ਇਹਨੂੰ ਲਾ ਰਿਹਾ, ਜ਼ਿਆਦਾਤਰ ਲਾ ਰਿਹਾ, ਹਰੇਕ ਨਹੀਂ, ਆਪਾਂ ਦੋ ਨਹੀਂ ਲਾਉਂਦੇ ਸੀ, ਹੋਰ ਵੀ ਬਹੁਤ ਸਾਰੇ ਲੋਕ ਹੋਣਗੇ। ਤੇ ਇਹਦੇ ਨਾਲ ਜਿਹੜੀਆਂ 10 ਪਰੇਸ਼ਾਨੀਆਂ ਹੁੰਦੀਆਂ ਨੇ ਉਹ ਤੋਂ ਬਚਣ ਦੇ ਤਰੀਕੇ ਆ ਜਿਹੜੇ ਉਹ ਮਾਰਾ ਨੇ ਇਹ ਦੱਸਿਆ ਕਿ ਬਹੁਤੀ ਦੇਰ ਤੱਕ ਹੈੱਡਫੋਨ ਤੇ ਈਅਰਫੋਨ ਦੀ ਵਰਤੋਂ ਨਾ ਕਰੋ। ਇਹਦੀ ਜਿਹੜੀ ਖਾਸ ਗੱਲ ਹੈ ਕਿ ਈਅਰਫੋਨ ਜੇ ਲਾਉਣਾ ਤਾਂ ਉਹਦੀ ਆਵਾਜ਼ ਹੈ ਨਾ 60% ਤੋਂ ਵੱਧ ਨਾ ਰੱਖੋ, ਇਹ ਨਹੀਂ ਕਿ ਫੁੱਲ ਹੀ ਸੁਣਨਾ, ਫਿਰ ਤਾਂ ਨੁਕਸਾਨ ਦੇਣਾ ਹੀ ਦੇਣਾ। ਨਾਲ ਹੀ ਇਹਨੂੰ ਸਾਫ਼ ਰੱਖਣ ਦੀ ਲੋੜ ਹੈ ਤੇ ਦੂਜਿਆਂ ਨੂੰ ਨਹੀਂ ਦੇਣੇ, ਮਤਲਬ ਕਿਸੇ ਹੋਰ ਦੇ ਨਾਲ ਤੁਸੀਂ ਸ਼ੇਅਰ ਕਰੋਗੇ ਕਿ ਕਈ ਵਾਰ ਐਂ ਹੁੰਦਾ ਇੱਕ ਗੋਟੀ ਉਹ ਕੱਢ ਕੇ ਪਲੱਗ ਕਿਸੇ ਹੋਰ ਨੂੰ ਦੇ ਦਿੰਦੇ ਆ, ਵੀ ਬੱਸਾਂ 'ਚ ਜਾਂ ਆਮ ਲੋਕ ਜਦੋਂ ਇਕੱਠੇ ਸਫ਼ਰ ਕਰਦੇ ਆ ਨਾ, ਇੱਕ ਚੀਜ਼ ਦੇਖਣੀ ਜਾਂ ਸੁਣਨੀ ਹੁੰਦੀ ਹੈ, ਉਹ ਇੱਕ ਦੂਜੇ ਨਾਲ ਸ਼ੇਅਰ ਕਰ ਲੈਂਦੇ ਆ, ਉਹਦੇ ਨਾਲ ਇਨਫੈਕਸ਼ਨ ਵਧਣ ਦੇ ਆਸਾਰ ਹੈ। ਗੀਤ ਸੁਣਨ ਦੇ ਵਾਸਤੇ ਕਹਿੰਦੇ ਸਾਊਂਡ ਸਿਸਟਮ ਹੀ ਯੂਜ ਕਰੋ, ਇਹ ਨਾ ਸੁਣੋ। ਆਨਲਾਈਨ ਜਿਹੜੀਆਂ ਚੀਜ਼ਾਂ ਆ ਰਹੀਆਂ ਉਹਦੇ 'ਚ ਜਦੋਂ ਤੁਸੀਂ ਕੁਛ ਦੇਖਣਾ ਜਾਂ ਸੁਣਨਾ, ਉਦੋਂ ਵੀ ਇਹਦੀ
ਜਿਹੜੀ ਟਾਈਮਿੰਗ ਆ ਉਹ ਘੱਟ ਰੱਖੋ, ਬਹੁਤਾ ਲੰਮਾ ਟਾਈਮ ਤੁਸੀਂ ਇਹਨੂੰ ਨਾ ਸੁਣੋ। ਈਅਰਫੋਨ ਫੋਨ ਜਾਂ ਹੈੱਡਫੋਨ ਇਹ ਬ੍ਰਾਂਡਡ ਕੰਪਨੀ ਦੀ ਵਰਤੋਂ, ਕਿਉਂਕਿ ਉਹਨਾਂ ਨੇ ਥੋੜਾ ਬਹੁਤ ਤੇ ਗਾਈਡਲਾਈਨਸ ਦੀ ਪਾਲਣਾ ਕੀਤੀ ਹੁੰਦੀ ਹੈ ਕਿ ਕਿੱਥੇ ਕੀ ਰੱਖਣਾ। ਬਲੂਟੁੱਥ ਵਾਲੇ ਈਅਰਫੋਨ ਜਾਂ ਹੈੱਡਫੋਨ ਨੇ ਜਿਹੜੇ, ਕਹਿੰਦੇ ਇਹਨੂੰ ਚਾਰਜਿੰਗ ਦੇ ਦੌਰਾਨ ਇਹਦੀ ਵਰਤੋਂ ਨਾ ਕਰੋ। ਅਗਲਾ ਇਹ ਕਹਿੰਦਾ ਵੀ ਚਾਰਜ ਵੀ ਹੋਈ ਜਾਣ ਤੇ ਨਾਲ ਇਹਨੂੰ ਕੰਨ 'ਚ ਵੀ ਲਾ ਲਏ, ਉਹ ਗਲਤ ਹੈ। ਤੇ ਜੇ ਇਸਤੇਮਾਲ ਕਰੇ ਬਿਨਾਂ ਰਿਹਾ ਹੀ ਨਹੀਂ ਜਾਂਦਾ, ਫਿਰ ਹਰੇਕ 1 ਘੰਟੇ ਬਾਅਦ 10 ਮਿੰਟ ਦਾ ਘੱਟੋ ਘੱਟ ਕੰਨਾਂ ਨੂੰ ਰਾਹਤ ਦਵਾਓ ਤੇ ਇਹਨਾਂ ਨੂੰ ਕੰਨਾਂ ਚੋਂ ਕੱਢ ਕੇ ਪਾਸੇ ਰੱਖੋ। ਤੇ ਰਾਤ ਨੂੰ ਸੌਂਦੇ ਵਕਤ ਤਾਂ ਇਹ ਜਮਾ ਹੀ ਨਹੀਂ ਲਾਉਣੇ, ਕਿਉਂਕਿ ਕਈ ਵਾਰ ਇਹ ਹੁੰਦਾ ਬੰਦਾ ਗੀਤ ਸੁਣਦਾ ਹੁੰਦਾ ਜਾਂ ਕੋਈ ਸੀਰੀਜ਼ ਵਗੈਰਾ ਦੇਖਦਾ, ਉਹ ਕੰਨ 'ਚ ਲੱਗੇ ਹੁੰਦੇ ਆ ਬੈਠ, ਉਵੇਂ ਨੀਂਦ ਆ ਜਾਂਦੀ ਹੈ ਤੇ ਇਹਦਾ ਨੁਕਸਾਨ ਹੈ। ਇਹ ਗੱਲਾਂ ਬਾਰ ਬਾਰ ਸਾਹਮਣੇ ਆਉਂਦੀਆਂ ਰਹਿੰਦੀਆਂ, ਪਰ ਪਤਾ ਨਹੀਂ ਕੌਣ ਕਿੰਨਾ ਮੰਨੂਗਾ। ਸਾਡਾ ਮਤਲਬ ਇਹੀ ਹੈ ਕਿ ਅਸੀਂ ਇਹ ਜਾਣਕਾਰੀ ਸਾਂਝੀ ਕਰੀਏ ਜਿਹੜੀ ਸਾਡੇ ਕੋਲੇ ਆ ਰਹੀ ਹੈ, ਕਿ ਏਅਰਬਡਸ ਹੈ ਜਾਂ ਏਅਰਫੋਨ, ਦੋਨੇ ਆਪਾਂ ਏਅਰਪਲੱਗ ਵੀ ਕਹਿੰਦੇ ਆ ਉਹਨੂੰ, ਇਹ ਤਿੰਨੇ ਚੀਜ਼ਾਂ ਜਿਹੜੀਆਂ ਤੁਸੀਂ ਕੰਨ 'ਚ ਪਾ ਰਹੇ ਹੋ ਇਹਦਾ ਨੁਕਸਾਨ ਹੈ, ਪਰ ਲੰਮੇ ਟਾਈਮ ਦੇ ਵਾਸਤੇ ਨੁਕਸਾਨ ਹੈ। ਜੇ ਵਰਤਣਾ ਹੈ, ਬਹੁਤ ਮਜਬੂਰੀ ਹੈ ਤਾਂ ਬਹੁਤ ਘੱਟ ਵਰਤਣਾ। ਸਿੱਧੂ ਸਾਹਿਬ, ਪਾਕਿਸਤਾਨ ਤੋਂ 76 ਸਾਲ ਬਾਅਦ ਤਰਨ ਤਾਰਨ ਦੇ ਪਿੰਡ ਦੇ ਨੇੜੇ ਕਿਸੇ ਪਿੰਡ ਦੀ ਬੀਬੀ ਭਾਰਤ ਪਹੁੰਚੀ ਹੈ ਜੀ, ਕੀ ਮਾਮਲਾ ਜੀ ਇਹ? ਇਹ ਇਕੱਲੀ ਬੀਬੀ ਨਹੀਂ ਪਹੁੰਚੀ, ਸਾਡਾ ਦੁੱਖ ਪਹੁੰਚਿਆ ਅਸਲ ਦੇ ਵਿੱਚ। ਹਾਂਜੀ ਸਾਡੀ ਪੀੜ ਹੈ ਜਿਹੜੀ ਉਹ ਪਹੁੰਚੀ ਹੈ। ਮੈਂ 2 ਗੱਲਾਂ ਸਾਂਝੀਆਂ ਕਰਦਾ। ਆਪਣੇ ਕੋਲੇ ਕੱਲ ਵੀ ਇੱਕ ਵੀਡੀਓ ਆਈ ਹੈ ਨਾ, ਗੁਰਚੇਤ ਚਿੱਤਰਕਾਰ ਤੁਹਾਡਾ ਤਾਂ ਗਵਾਂਢੀ ਹੈ, ਕੀਰਵਾਲ ਹਾਂਜੀ ਪਿੰਡ ਆ ਉਹਨਾਂ ਦਾ, ਇੱਥੋਂ ਬਟਵਾਰੇ ਤੋਂ ਬਾਅਦ ਬਜ਼ੁਰਗ ਉੱਥੇ ਗਏ, ਜਾਣਾ ਪਿਆ। ਕਾਨੂੰਨੀ ਪ੍ਰਕਿਰਿਆਵਾਂ ਦੀ ਥਾਂ ਤੇ ਰਾਜਨੀਤਿਕ ਚਾਲਾਂ ਵੱਧ ਸੀ ਇਹ, ਲੋਕਾਂ ਨੂੰ ਵਿਛੋੜਿਆ ਗਿਆ, ਜੋ ਕੁਛ ਵੀ ਹੋਇਆ, ਪਰ ਉਹ ਦਰਦ ਹੈ ਜਿਹੜਾ ਉਹ ਇਸ ਤੇ ਉਹ ਖਤਮ ਨਹੀਂ ਹੋਏ। ਕੋਈ ਕਿਤੇ ਬੈਠਾ, ਕੋਈ ਕਿਤੇ ਬੈਠਾ, ਉਧਰਲੇ ਇਧਰਲਿਆਂ ਨੂੰ ਤੰਗ ਦਿਆ ਤੇ ਇਧਰਲੇ ਉਧਰਲਿਆਂ ਨੂੰ। ਸੁਚੇਤ ਹੋ ਰਹੇ ਉੱਥੇ ਪਿੰਡ ਦੇ ਵਿੱਚ ਗਏ ਨੇ, ਹਾਲਾਂਕਿ ਉਹਨਾਂ ਦੀ ਤਾਂ ਉਮਰ ਛੋਟੀ ਆ, ਬਜ਼ੁਰਗ ਤਾਂ ਵੱਡੇ ਸੀ। ਉਹ ਪਿੰਡ ਦੇ ਹਾਣੀਆਂ ਦੇ ਬਾਰੇ ਜਦੋਂ ਗੱਲ ਕਰਦੇ ਨੇ, ਜਿਹੜਾ ਵੀਡੀਓ ਕਲਿੱਪ ਆਪਾਂ ਦੇਖਿਆ ਕਿ ਜਦੋਂ ਜੱਫੀ ਪਾਉਂਦੇ ਨੇ ਇੱਕ ਦੂਜੇ ਦੇ ਨਾਲ, ਉਹ ਬਜ਼ੁਰਗ ਦੇ ਨਾਲ, ਆਪਦੇ ਗ੍ਰਾਹੀ ਦੇ ਨਾਲ, ਤਾਂ ਕਿੰਨਾ ਕੁਛ ਉਹਦੇ ਵਿੱਚੋਂ ਵਹਿ ਤੁਰਦਾ, ਕਿੰਨੇ ਹਾਂਜੀ ਲੋਕ ਹੈ ਇੱਕ ਦੂਜੇ ਦੇ ਵਾਸਤੇ ਤਾਂਘਦੇ ਆ। ਇਵੇਂ ਹੀ ਬਠਿੰਡੇ ਜ਼ਿਲ੍ਹੇ ਦੇ ਇੱਕ ਪਿੰਡ ਹੈ, ਉੱਥੋਂ ਦੇ ਬਜ਼ੁਰਗ ਸੀ, ਉਹਨਾਂ ਦੀ ਜਿਹੜੀ ਅਸੀਂ ਜ਼ਿੰਦਗੀ ਉਹ ਇਸ ਤਰੀਕੇ ਨਾਲ ਹੋ ਗਈ ਕਿ ਮੁਸਲਿਮ ਪਰਿਵਾਰ ਸੀ, ਇੱਥੇ ਰਹਿੰਦਾ ਸੀ। ਇੱਕ ਭਾਈ ਹੈ ਜਿਹੜਾ, ਉਹ ਮਾਂ ਦੇ ਨਾਲ ਕਿਤੇ ਰਿਸ਼ਤੇਦਾਰੀ ਚ ਗਿਆ ਹੋਇਆ ਸੀ ਜਗਰਾਉਂ ਵੱਲ, ਉਹਨਾਂ ਨੂੰ ਬਟਵਾਰਾ ਹੋ ਗਿਆ। ਉਦੋਂ ਕਿਹੜਾ ਆਏ ਸੀ ਵੀ ਆਥਣੇ ਜਾ ਕੇ ਮੁੜ ਆਉਣਾ, ਅਗਲਾ ਜੇ ਕੋਈ ਰਿਸ਼ਤੇਦਾਰੀਆਂ ਚ ਵੀ ਜਾਂਦਾ ਸੀ, ਕਈ ਕਈ ਦਿਨ ਰਹਿ ਕੇ ਆਉਂਦੇ ਸੀਗੇ, ਨਾ ਕੋਈ ਸਾਧਨ ਹੁੰਦੇ ਸੀ ਛੇਤੀ ਮੁੜਨ ਦੇ। ਉਹ ਵੰਡ ਹੋ ਗਈ, ਉਹ ਉਧਰੋਂ ਪਾਕਿਸਤਾਨ ਹੀ ਚਲੇ ਗਏ, ਇਧਰਲਾ ਪਰਿਵਾਰ ਸੀ ਜਿਹੜਾ ਉਹਨੂੰ ਇੱਥੇ ਰਹਿਣਾ ਪੈ ਗਿਆ। ਤੇ ਹਾਂਜੀ ਉਹ ਪਿਛਲੇ ਸਾਲ ਤੁਸੀਂ ਦੇਖਿਆ ਹੋਊਗਾ ਕਿ ਉਹ ਪਰਿਵਾਰ ਨੂੰ ਪਿੰਡ ਵਾਲਿਆਂ ਦੇ ਯਤਨਾਂ ਦੇ ਸਦਕਾ ਕਿਵੇਂ ਮਿਲਣ ਦਾ ਮੌਕਾ ਮਿਲਿਆ। ਪਹਿਲਾਂ ਇਧਰੋਂ ਉਧਰ ਉਹ ਗਏ ਤੇ ਮੁੜ ਕੇ ਹਾਂਜੀ ਉਧਰ ਲਿਆ, ਜਿਹੜੇ ਉਹ ਇਧਰ ਆਏ। ਇਹ ਘਟਨਾ ਜਿਹੜੀ ਢਵਾਲੀ ਦੇ ਨੇੜੇ ਇੱਕ ਪਿੰਡ ਆ, ਉੱਥੋਂ ਦੀ ਹੈ, ਮੈਂ ਜਾ ਹਾਂਜੀ ਕੇ ਵੀ ਆਇਆ ਔਰ ਸਾਰੇ ਥਾਵਾਂ ਦੇ ਉੱਤੇ ਉਹ ਦੇਖੀ ਵੀ ਗਈ। ਹੁਣ ਵਾਲੀ ਜਿਹੜੀ ਗੱਲ ਹੈ ਉਹ ਹੈ ਖਡੂਰ ਸਾਹਿਬ ਦੀ। ਖਡੂਰ ਸਾਹਿਬ ਤਰਨ ਤਾਰਨ ਜ਼ਿਲ੍ਹੇ ਦਾ ਹਿੱਸਾ, ਔਰ ਉੱਥੇ ਉਦੋਂ ਦੀ ਗੱਲ ਹੈ ਕਿ ਜਦੋਂ ਬਟਵਾਰਾ ਹੋਇਆ, ਕਪੂਰਥਲੇ ਦੇ ਕੋਲੇ ਇੱਕ ਉੱਚਾ ਪਿੰਡ ਹੈ। ਇਹ ਉੱਚਾ ਪਿੰਡ ਉਹੀ ਹੈ ਜਿਹਦਾ ਆਪਾਂ ਉਹਦੇ ਜ਼ਿਕਰ ਕਰਕੇ ਆਏ ਸੀ, ਜਿਹਦਾ ਆਉਣ ਵਾਲੇ ਦਿਨਾਂ 'ਚ ਸੀਰੀਜ਼ ਦੇ ਵਿੱਚ ਵੀ ਜ਼ਿਕਰ ਹੋ ਰਿਹਾ। ਹਾਂਜੀ ਉੱਥੇ ਬੀਬੀ ਹਸਮਤ ਆਪਦੇ ਪਰਿਵਾਰਕ ਮੈਂਬਰਾਂ ਦੇ ਨਾਲ ਵਿਆਹ ਦੇ ਉੱਤੇ ਗਈ ਹੋਈ ਸੀ। ਉਦੋਂ ਇਹ ਸੀਗੇ 10-12 ਸਾਲ ਦੇ। ਫਿਰ ਹਾਂਜੀ ਵੰਡ ਹੋ ਗਈ, ਵੱਢ ਟੁੱਕ ਸ਼ੁਰੂ ਹੋ ਗਈ। ਇੱਧਰ ਆਉਣ ਦੀ ਥਾਂ ਤੇ ਗਾਹਾਂ ਕਿਸੇ ਸਿਆਣਿਆਂ ਨੇ ਸਲਾਹ ਦਿੱਤੀ, ਉਹ ਵੀ ਇੱਧਰ ਕੀ ਕਰਨਾ, ਤੁਸੀਂ ਪਾਕਿਸਤਾਨ ਹੀ ਚਲੇ ਜਾਓ। ਹਾਂਜੀ ਔਰ ਇਹ ਉੱਧਰ ਪਾਕਿਸਤਾਨ ਚਲੇ ਗਏ। ਉੱਥੇ ਫਿਰ ਹੁਣ ਇਹ ਰਹਿਮਤ ਅਲੀ ਦੇ ਨਾਲ ਵਿਆਹੇ ਹੋਏ ਨੇ, ਚੱਕ ਨੰਬਰ 12 ਦੇ ਵਿੱਚ, ਬਿਹਾੜੀ ਜ਼ਿਲ੍ਹਾ। ਹਾਂਜੀ ਅੱਛਾ, ਇਹਦੀ ਜਿਹੜੀ ਖਾਸ ਗੱਲ ਹੈ, ਆ ਦੋਵੇਂ ਜਿਹੜੀਆਂ ਮੈਂ ਮਗਰਲੀਆਂ ਸਟੋਰੀਆਂ ਦੱਸੀਆਂ, ਇਹ ਇਹਨਾਂ ਦਾ ਇਹ ਹੈ ਕਿ ਇਹ ਮੁਸਲਿਮ ਹੀ ਆ। ਬਹੁਤਿਆਂ ਨੂੰ ਤਾਂ ਪਾਕਿਸਤਾਨ ਜਾ ਕੇ ਮੁਸਲਿਮ ਬਣਨਾ ਪੈ ਗਿਆ, ਜਾਂ ਪਾਕਿਸਤਾਨ ਤੋਂ ਇੱਧਰ ਆ ਕੇ ਕੁਛ ਪਰਿਵਾਰਾਂ ਨੂੰ ਧਰਮ ਤਬਦੀਲ ਕਰਨਾ ਪੈ ਗਿਆ। ਇੱਥੇ ਹਾਂਜੀ ਇਹ ਵੀ ਬਹੁਤ ਸਾਰੇ ਮਸਲੇ ਸਾਂਝੇ ਹੋਏ ਜਾਂ ਸਾਹਮਣੇ ਆਈਆਂ ਕਹਾਣੀਆਂ, ਕਿ ਬੰਦਾ ਇੱਧਰੋਂ ਜਾਂਦਾ ਕਿਤੇ ਰਿਸ਼ਤੇਦਾਰੀ ਚ ਗਿਆ ਜਾਂ ਕਿਤੇ ਹੋਰ, ਉੱਥੇ ਡਿੱਕਾ ਪੈ ਗਿਆ ਕਿਸੇ ਕਾਰਨ, ਤੇ ਉਹਨੂੰ ਉੱਥੋਂ ਹੀ ਫਿਰ ਪਿੰਡ ਭੱਜਣ ਦੀ ਵਿਹਲ ਨਹੀਂ ਮਿਲੀ। ਅਗਲਾ ਕਹਿੰਦਾ ਚਲੋ ਜਾਣ ਚਾਹੀਏ, ਪਾਕਿਸਤਾਨ ਨੂੰ ਨਿਕਲ ਗਏ। ਸੋ ਇਹ ਸਿੱਖ ਵੀ ਸਾਹਿਬ ਉਹੋ ਇਹ ਜਿਹੇ ਤੋਂ ਮਸਲਾ ਹੈ। ਹਾਂਜੀ ਇੱਕ ਛੋਟੀ ਜਾਣਕਾਰੀ ਵੀ ਮੈਂ ਤੁਹਾਡੇ ਤੋਂ ਲੈਣੀ ਚਾਹੂੰਗਾ। ਆਪਣੇ ਨਾ ਨਾਲ ਦੇ ਪਿੰਡੋਂ ਗਏ ਸੀ, ਉਹ ਵੀ ਪਾਕਿਸਤਾਨ ਤੋਂ ਆਏ ਹੋਏ ਸੀ, ਉਧਰੋਂ ਨਨਕਾਣਾ ਸਾਹਿਬ ਗਏ, ਉੱਥੇ ਕਈ ਬੰਦਿਆਂ ਦੇ ਫੋਨ ਨੰਬਰ ਲੈ ਆਏ ਜੀ ਉਹ ਤੋਂ ਬਾਅਦ ਗੱਲਬਾਤ ਵੀ ਕਰਦੇ ਰਹੇ। ਇੱਕ ਵਾਰ ਮੇਰੇ ਕੋਲ ਬੈਠੇ ਸੀ, ਉਹ ਕਹਿੰਦੇ ਵੀ ਆਹ ਨੰਬਰ ਮਿਲਾ ਕੇ ਦੇ ਪਾਕਿਸਤਾਨ ਦਾ ਇਹ, ਵੀ ਮੈਂ ਗੱਲ ਕਰਨੀ ਹੈ ਨਾਲ ਹੀ। ਇੱਕ ਉਹਨਾਂ ਦੇ ਪਿੰਡ ਦਾ ਬੰਦਾ ਬੈਠਾ ਸੀ, ਉਹ ਕਹਿੰਦਾ ਵੀ
ਤੁਸੀਂ ਇਹ ਗਲਤੀ ਨਾ ਕਰੋ ਵੀ ਪਾਕਿਸਤਾਨ ਦਾ ਨੰਬਰ ਹੈ ਇਹਦੇ ਤੇ ਗੱਲ ਨਾ ਕਰਿਆ ਕਰੋ ਤੇ ਤੁਸੀਂ ਕਿਸੇ ਚੱਕਰ 'ਚ ਆ ਜਾਓਗੇ। ਇਹ ਗੱਲ ਸਹੀ ਹੈ ਜਿਵੇਂ ਹੁਣ ਗੁਰਚੇਤ ਹੋਣੀ ਤਾਂ ਚਲੋ ਇਹ ਤਾਂ ਫੇਮਸ ਨੇ ਕਲਾਕਾਰ ਨੇ ਉੱਥੋਂ ਆਉਂਦੇ ਨੇ ਗੱਲਾਂ ਬਾਤਾਂ ਹੁੰਦੀਆਂ ਹੋਣਗੀਆਂ। ਜੇ ਆਮ ਬੰਦਾ ਕੋਈ ਉਧਰੋਂ ਜਾ ਕੇ ਇੱਧਰ ਮੁੜ ਕੇ ਆਉਂਦਾ ਹੈ ਉੱਧਰ ਗੱਲਬਾਤ ਕਰਨ ਦਾ ਉਹਨੂੰ ਕੋਈ ਕਾਨੂੰਨੀ ਕੋਈ ਚੱਕਰ ਵੀ ਪੈ ਸਕਦਾ ਜੀ? ਕਰਨੇ ਆ ਜੀ ਕਿ ਜਦੋਂ ਹਾਲਾਤ ਵਧੀਆ ਨਹੀਂ ਹੁੰਦੇ ਸਾਡੇ ਗਵਾਂਢੀ ਦੇ ਨਾਲ ਵੀ ਤੇ ਜਾਂ ਕਿਤੇ ਹੋਰ ਹੈ, ਉਦੋਂ ਨਿੱਕੀ ਨਿੱਕੀ ਗੱਲ ਤੇ ਬਾਤ ਦਾ ਵਤੰਗੜਤਾ ਬਣ ਹੀ ਜਾਂਦਾ। ਇੱਥੇ ਵੀ ਇਹ ਸਮੱਸਿਆ ਤਾਂ ਆਉਂਦੀ ਹੈ, ਆ ਵੀ ਸਕਦੀ ਹੈ। ਉਹਦੇ ਕਾਰਨ ਇਹ ਹੈ ਕਿ ਜੇ ਤਾਂ ਤੁਹਾਡੇ ਕੋਈ ਜਾਣਕਾਰ ਨੇ, ਤੁਸੀਂ ਉਹਨਾਂ ਨਾਲ ਗੱਲ ਕਰਦੇ ਹੋ ਤੇ ਪੁਖਤਾ ਜਾਣਕਾਰੀ ਹੈਗੀ ਆ, ਫਿਰ ਐਡਾ ਅੜਿੱਕਾ ਵੀ ਨਹੀਂ ਆਉਂਦਾ, ਕਿਉਂਕਿ ਹਜ਼ਾਰਾਂ ਹੀ ਲੋਕ ਨੇ ਜਿਹੜੇ ਪਾਕਿਸਤਾਨ ਦੇ ਵਿੱਚ ਗੱਲ ਕਰਦੇ ਨੇ। ਠੀਕ ਹੈ ਕਾਦੀਆਂ ਦੀ ਜੇ ਗੱਲ ਕਰਨੀ ਹੋਵੇ ਨਾ, ਤਾਂ ਉੱਥੇ ਅਹਿਮਦੀ ਜਮਾਤ ਦਾ ਮੁੱਖ ਦਫ਼ਤਰ ਹੈ ਜਾਂ ਮੁੱਖ ਟਿਕਾਣਾ ਉੱਥੇ ਹੈ, ਮੁਸਲਿਮ ਭਾਈਚਾਰੇ ਦੇ ਵਿੱਚੋਂ ਇੱਕ ਅਹਿਮਦੀ ਭਾਈਚਾਰਾ ਜਿਹੜਾ, ਤੇ ਉੱਥੋਂ ਕਾਦੀਆਂ ਹੋਇਆ ਫਤਿਹਗੜ੍ਹ ਜਾਂ ਉਹ ਨੇੜਲੇ ਇਲਾਕੇ ਆ ਜਿਹੜੇ, ਉੱਥੋਂ ਵੱਡੀ ਤਾਦਾਦ ਦੇ ਵਿੱਚ ਲੋਕਾਂ ਦੇ ਰਿਸ਼ਤੇ ਪਾਕਿਸਤਾਨ ਦੇ ਵਿੱਚ ਆ, ਵਿਆਹੇ ਵੇ ਆ ਉੱਥੇ, ਉਹ ਇੱਧਰ ਵੀ ਆਉਂਦੇ ਆ, ਕੁੜੀਆਂ ਇੱਧਰ ਵਹਿੰਗੀਆਂ ਵੀ ਆ। ਭਾਰਤ ਦੀ PR ਵੀ ਬਹੁਤਿਆਂ ਨੂੰ ਨਹੀਂ ਮਿਲੀ। ਇਹ ਵੀ ਦੱਸ ਰਿਹਾ ਕਿ ਭਾਰਤ ਦੀ PR ਲੈਣੀ ਵੀ ਸੌਖੀ ਨਹੀਂ, ਅਸੀਂ ਕੈਨੇਡਾ ਅਮਰੀਕਾ ਦੀ ਗੱਲ ਕਰਦੇ ਨਾ, ਇੱਥੇ ਵੀ ਬਹੁਤ ਕਾਨੂੰਨੀ ਅੜਿੱਕੇ ਨੇ। ਜਿਹੜੀਆਂ ਕੁੜੀਆਂ ਨੇ ਇੱਥੇ ਵਿਆਹ ਕਰਾਇਆ ਨਾ ਪਾਕਿਸਤਾਨ ਤੋਂ, ਉਹਨਾਂ ਦੇ ਵਾਸਤੇ ਹਜੇ ਤੱਕ ਵੀਜ਼ਾ ਤਾਂ ਵੱਧ ਜਾਂਦਾ ਉਹਨਾਂ ਦਾ, PR ਦੇ ਮਸਲੇ ਆ ਜਿਹੜੇ ਉਹ ਸਮੇਂ-ਸਮੇਂ ਤੇ ਉੱਠਦੇ ਰਹਿੰਦੇ ਆ, ਤੇ ਉਹ ਆਪਦੇ ਮਾਪਿਆਂ ਨਾਲ ਗੱਲ ਕਰਦੀਆਂ ਹੀ ਆ ਉੱਥੇ ਜਾਂ ਕੁਝ ਹੋਰ ਹੈ। ਕਾਰਨ ਇਹ ਹੈ ਕਿ ਇੱਕ ਤਾਂ ਪੁਲਿਸ ਨੂੰ ਇਨਫੋਰਮੇਸ਼ਨ ਹੋਵੇ, ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਿਤੇ ਗੱਲਬਾਤ ਕਰਨੀ ਹੈ, ਜਿਹੜੀਆਂ ਖੁਫੀਆ ਏਜੰਸੀਆਂ ਜਾਂ ਹੋਰ ਆ ਉਹਨਾਂ ਨੂੰ ਦੱਸਿਆ ਹੋਵੇ ਕਿ ਭਾਈ ਸਾਡੇ ਇਹਦੇ ਨਾਲ ਤਾਲਮੇਲ ਹੈ, ਅਸੀਂ ਇਸ ਮਾਮਲੇ ਤੇ ਗੱਲ ਕਰਦੇ ਹਾਂ। ਦੂਜੀ ਗੱਲ ਵੀ ਹੈ, ਇਹ ਚਾਹੇ ਤੁਸੀਂ ਨਹੀਂ ਵੀ ਦੱਸਿਆ ਵਾ ਤੇ ਤੁਸੀਂ ਜਦੋਂ ਗੱਲ ਕਰਦੇ ਹੋ ਤਾਂ ਤੁਹਾਡੀ ਗੱਲ ਦੇ ਵਿੱਚ ਸਪਸ਼ਟ ਹੋਵੇ ਸਾਰਾ ਕੁਝ, ਕਿਉਂਕਿ ਏਜੰਸੀਆਂ ਨੇ ਤੁਹਾਡੀ ਕਾਲ ਨੂੰ ਇੰਟਰਸੈਪਟ ਕਰਨਾ ਹੁੰਦਾ। ਜੇ ਉਹਦੇ 'ਚ ਕੋਈ ਗੱਲਬਾਤ ਹੀ ਇਹੋ ਜਿਹੀ ਹੋ ਰਹੀ ਹੈ ਜਿਹੜੀ ਦੇਸ਼ ਵਿਰੋਧੀ ਹੈ, ਫਿਰ ਐਕਸ਼ਨ ਆ ਸਕਦਾ। ਨਹੀਂ ਤਾਂ ਹੁਣ ਤਾਂ ਇਹ ਇੰਨਾ ਕਹਿ ਕੇ ਆਧਾ ਫੋਨ ਨੰਬਰ ਵਾਲੀ ਗੱਲ ਛੱਡੋ, ਜਿਹੜੀਆਂ ਵਟਸਐਪ ਕਾਲਾਂ ਉਹ ਬਹੁਤ ਘੱਟ ਇੰਟਰਸੈਪਟ ਹੁੰਦੀਆਂ, ਬੇਸ਼ੱਕ ਏਜੰਸੀਆਂ ਦੇ ਕੋਲੇ ਸਾਰਾ ਕੁਝ ਹੁੰਦਾ, ਉਹਦੇ ਤੇ ਕਿੰਨੇ ਹੀ ਲੋਕ ਇੱਕ ਦੂਜੇ ਨਾਲ ਜੁੜੇ ਹੋਏ ਨੇ। ਪਰ ਡਾਕਟਰ ਸੁਰਿੰਦਰ ਕੋਸ਼ੜ ਹੋ ਰਿਹਾ ਜਿਹੜੇ ਉਹ ਪਾਕਿਸਤਾਨ ਦੇ ਗੁਰੂ ਧਾਮਾਂ ਦੇ ਬਾਰੇ ਲਿਖਦੇ ਨੇ ਜਾਂ ਕੁਝ ਹੋਰ ਹੈ, ਉੱਥੇ ਹਰ ਚੀਜ਼ ਆ ਜਿਹੜੀ ਪਾਕਿਸਤਾਨ ਦੀ ਖਬਰ ਹੁੰਦੀ ਹੈ ਉਹ ਡਾਕਟਰ ਸੁਰਿੰਦਰ ਕੋਸ਼ੜ ਦੇ ਰਾਹੀਂ ਅਜੀਤ ਅਖਬਾਰ 'ਚ ਛਪੀ ਹੁੰਦੀ ਹੈ। ਇਹ ਵੀ ਤੁਸੀਂ ਦੇਖਿਓ ਕਿ ਸਭ ਤੋਂ ਪਹਿਲਾਂ ਉੱਥੇ ਆਉਂਦੀ ਹੈ, ਉਹਨਾਂ ਦੇ ਕੋਲੇ ਇੰਨੇ ਕੁ ਸੋਰਸ ਨੇ ਪਾਕਿਸਤਾਨ ਦੇ ਵਿੱਚ, ਜੋ ਘਟਨਾ ਪੰਜਾਬ ਦੇ ਵਿੱਚ ਬੈਠਿਆਂ ਨੂੰ ਜਾਂ ਹੋਰ ਏਜੰਸੀਜ਼ ਨੂੰ ਕਈ ਦਿਨਾਂ ਬਾਅਦ ਪਤਾ ਲੱਗਦੀ ਹੈ, ਉਹਨਾਂ ਨੂੰ ਸੇਮ ਟਾਈਮ ਪਤਾ ਲੱਗ ਜਾਂਦੀ ਹੈ। ਪਰ ਹਜੇ ਤੱਕ ਜੋ ਗੱਲ ਹੈ ਉਹਨਾਂ ਤੇ ਸਵਾਲ ਨਹੀਂ ਖੜਾ ਹੋਇਆ, ਕਿਉਂਕਿ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਉਹ ਪ੍ਰੋਫੈਸ਼ਨਲ ਨੇ, ਇਸੇ ਤਰੀਕੇ ਨਾਲ ਹੋਰ ਹੈ। ਪਰ ਜਦੋਂ ਇੱਥੇ ਇਹ ਹੈ ਕਿ ਗੱਲਾਂ ਬਾਤਾਂ ਕੋਈ ਹੋਰ ਕਰਦੇ ਆ ਉਦੋਂ ਪੰਗਾ ਪੈਂਦਾ ਹੈ। ਜਿਵੇਂ ਹੁਣ ਆਪਾਂ ਆਪਣੇ ਨੰਬਰ ਪਤਾ ਹੀ ਨਹੀਂ ਕਿੱਥੇ ਕਿੱਥੇ ਪਏ ਆ, ਮੈਨੂੰ ਬਥੇਰੇ ਫੋਨ ਆਉਂਦੇ ਪਾਕਿਸਤਾਨ ਤੋਂ, ਮੈਂ ਨਹੀਂ ਚੱਕਦਾ, ਕਿਉਂਕਿ ਮੈਨੂੰ ਪਤਾ ਵੀ ਆਪਣਾ ਕੋਈ ਜਾਣਕਾਰ ਉੱਥੇ ਰਹਿੰਦਾ ਨਹੀਂ ਤੇ ਆਪਾਂ ਲੈਣਾ ਕੀ ਆ ਹੋਰ ਕਿਸੇ ਦਾ ਨੰਬਰ ਚੱਕ ਕੇ। ਇਹ ਨਹੀਂ ਕਿ ਉੱਥੇ ਮਾੜੇ ਬੰਦੇ ਆ, ਉੱਥੇ ਚੰਗੇ ਬਹੁਤ ਨੇ, ਮਾੜੇ ਵੀ ਬਹੁਤ ਹੋਣਗੇ ਕਿ ਜਿਹੜਾ ਤੁਹਾਡੇ ਨਾਲ ਗੱਲ ਜ਼ਿਆਦਾ ਕਰਦਾ ਤਾਂ ਤੁਸੀਂ। ਚੰਗੇ ਬਿਲਕੁਲ, ਜ਼ਿਆਦਾ ਤਾਂ ਚੰਗੇ ਜਿਹੜਿਆਂ ਨੇ, ਹੁੰਦੇ। ਕੋਈ ਉਹ ਇਨਸਾਨੀਅਤ ਦੀ ਗੱਲ ਕਰਨੀ ਹੈ ਨਾ, ਉਹ ਤਾਂ ਚੰਗੇ ਹੀ ਹੈ। ਪਰ ਉੱਥੇ ਰਾਓ ਸਾਹਿਬ ਜਿਹੜੀ ਸਮੱਸਿਆ ਨਾ, ਉਹ ਹੋਰ ਤਰ੍ਹਾਂ ਦੇ ਲੋਕ ਹੁੰਦੇ ਆ ਜਿਹੜੇ ਏਜੰਸੀਆਂ ਦੇ ਹੱਥ ਠੋਕੇ ਹੁੰਦੇ ਆ, ਉਹ ਚਾਹੇ ਇੱਥੇ ਬੈਠੇ ਹੋਣ ਜਾਂ ਉੱਥੇ ਬੈਠੇ ਹੋਣ, ਉਹਨਾਂ ਨੇ ਇੱਕ ਇੱਕ ਦੋ ਵਾਰੀ ਤਾਂ ਤੁਹਾਡੇ ਵਰਗੀਆਂ ਗੱਲਾਂ ਕਰਨੀਆਂ, ਤੁਹਾਡੇ ਮਤਲਬ ਦੀਆਂ ਕਰਨੀਆਂ, ਬਾਅਦ ਦੇ ਵਿੱਚ ਹੋਰ ਪਾਸੇ ਨੂੰ ਤੁਰ ਪੈਂਦੇ ਆ। ਹੁਣ ਤੁਸੀਂ ਦੇਖੋ ਜਿਹੜਾ ਹਨੀ ਟ੍ਰੈਪ ਦੇ ਮਾਮਲੇ ਲੱਗਦੇ ਆ ਉਧਰੋਂ, ਉਹ ਕਿੰਨੇ ਕੇਸਿਸ ਆ, ਉਹ ਸਾਰੇ ਇਹੀ ਹੁੰਦੇ ਆ। ਮਤਲਬ ਦੋਨੇ ਪੱਖ ਨੇ ਵੀ ਜੇ ਤੁਹਾਡਾ ਕੋਈ ਰਿਸ਼ਤਾ ਉੱਥੇ ਹੈਗਾ ਵੀ ਆ ਤੇ ਜੇ ਗੱਲਬਾਤ ਕਰਨੀ ਵੀ ਆ, ਜੇ ਤੁਸੀਂ ਉਹਨੂੰ ਸਰਕਾਰ ਨੂੰ ਦੱਸ ਵੀ ਦਿਓ ਤਾਂ ਵੀ ਕੀ ਨੁਕਸਾਨ ਹੈ, ਕਿਉਂਕਿ ਤੁਸੀਂ ਕਿਹੜਾ ਕੁਛ ਲੁਕੋ ਕੇ ਕਰ ਰਹੇ ਹੋ। ਹਾਂ ਪਰ ਤੁਹਾਡੀ ਗੱਲ ਹਾਂਜੀ ਜਿਹੜੀ ਐਡੀ ਕੁ ਸਪਸ਼ਟ ਹੋਣੀ ਚਾਹੀਦੀ ਹੈ ਕਿ ਜੇ ਤੁਹਾਡੀ ਕਾਲ ਹੈ, ਹੁਣ ਜੇ ਪਾਕਿਸਤਾਨ ਦਾ ਨੰਬਰ ਜਿੱਥੋਂ ਮਰਜ਼ੀ ਡਾਇਲ ਹੋ ਜਾਏ, ਉਹਨਾਂ ਨੂੰ ਨਾਲ ਦੀ ਨਾਲ ਪਤਾ ਲੱਗ ਜਾਂਦਾ ਹੈ ਇੱਥੇ ਸਾਡੀਆਂ ਏਜੰਸੀਜ਼ ਆ ਜਿਹੜੀਆਂ, ਉਹਨਾਂ ਕੋਲੇ ਜਿਹੜੇ ਸਾਫਟਵੇਅਰ ਇਹੋ ਜਿਹੇ ਆ ਕਿ ਭਾਈ ਆਹ ਨੰਬਰ ਉਧਰ ਡਾਇਲ ਹੋ ਰਿਹਾ, ਉਹ ਗੱਲਬਾਤ ਹੈ ਜਿਹੜੀ ਉਹ ਸੁਣੀ ਜਾ ਰਹੀ ਹੈ ਉਹ ਸੁਣਦੇ ਆ। ਪਰ ਜੇ ਇਹ ਹੈ ਕਿ ਗੱਲਬਾਤ ਤੁਹਾਡੀ ਸ਼ੱਕੀ ਹੈ, ਫਿਰ ਤੁਸੀਂ ਸ਼ੱਕ ਦੇ ਘੇਰੇ ਜਾ ਕੇ ਫਿਰ ਫਸ ਗਏ। ਇਹ ਦੋਨੇ ਚੀਜ਼ਾਂ ਤੇ ਪਹਿਲਾਂ ਚਿੱਠੀਆਂ ਆਉਂਦੀਆਂ ਹੁੰਦੀਆਂ ਸੀ, ਉਹ ਚਿੱਠੀਆਂ ਵੀ ਤਾਂ ਲੋਕਾਂ ਤੱਕ ਪਹੁੰਚਦੀਆਂ ਸੀ, ਤੇ ਇਹ ਵੀ ਹੈ ਕਿ ਕੁਝ ਕੁ ਲੋਕ ਹੈ ਜਿਹੜੇ ਉਹ ਗਲਤ ਕੰਮ ਕਰ ਵੀ ਲੈਂਦੇ ਆ, ਪਰ ਕਰਦੇ ਵੀ ਆ, ਟਲਦੇ ਨਹੀਂ, ਉਹਦੇ ਕਾਰਨ ਇਹ ਹੁੰਦਾ ਕਿ ਕਿਹੜਾ ਪਤਾ ਲੱਗਦਾ। ਮੈਂ ਹੁਣ ਜੇ ਤੁਸੀਂ ਪਾਕਿਸਤਾਨ ਦੀਆਂ ਚਿੱਠੀਆਂ ਦੀ ਗੱਲ ਕੀਤੀ ਆ, ਤਾਂ ਪਾਕਿਸਤਾਨ ਦੇ ਵਿੱਚ ਬਾਬੂ ਰਾਜਵਾਲੀ ਹੋਰੇ ਗਏ ਸੀਗੇ, ਇੱਥੋਂ 10ਵੀਂ ਕਰਕੇ ਤੁਰ ਗਏ ਮੋਗੇ, ਮਾਪੇ ਜਿਉਂਦਿਆਂ ਤੋਂ ਸੁੱਖ ਭੋਗੇ। ਉਹ ਜਿਹਦੇ ਚੋਂ ਆਖਰੀ ਲਾਈਨ ਉਹ ਕਹਿੰਦਾ ਕਿ ਆਵੇ ਵਤਨ ਪਿਆਰਾ ਚੇਤੇ ਤੇ ਖਿੱਚ ਪਾਉਣ ਮੁਹੱਬਤਾਂ ਜੀ, ਉਹਨਾਂ ਦੀ ਪੋਤੀ ਆ, ਉਹਨਾਂ ਦਾ ਬੇਟਾ ਸੀ ਸ਼ਮਸ਼ੇਰ ਅਲੀ। ਸ਼ਮਸ਼ੇਰ ਅਲੀ ਦੀ ਪੋਤੀ ਜਿਹੜੀ ਆ ਉਹ ਪੰਜਾਬੀ ਦੇ ਟੀਚਰ ਨੇ ਉੱਥੇ, ਪਰ ਵਧੀਆ ਪੰਜਾਬੀ ਬੋਲਦੇ ਆ। ਮੈਂ ਵੀ ਜਦੋਂ ਬਾਹਰ ਸੀ ਉਹਨਾਂ ਨਾਲ ਇੰਟਰਵਿਊ ਕੀਤੀ ਸੀਗੀ, ਤੇ ਹਾਂਜੀ
ਉਹ ਆਪਦੇ ਪਿੰਡ ਦੇ ਸਾਹੋਗਿਆਂ ਦੇ ਹੋਣ ਜਾਂ ਨੇੜਲੇ ਪਿੰਡਾਂ ਵਾਲੇ ਲੋਕ ਆ ਜਿਹੜੇ ਉਹਨਾਂ ਦੇ ਤਾਲਮੇਲ ਦੇ ਵਿੱਚ ਆ ਜਾਂ ਬਾਬੂ ਜੀ ਦੇ ਸ਼ਾਗਿਰਦ ਨੇ ਉਹਨਾਂ ਦੇ ਨਾਲੋਂ ਗੱਲਬਾਤ ਕਰਦੇ ਆ, ਹਾਂਜੀ ਕੋਈ ਸਮੱਸਿਆ ਨਹੀਂ ਕਿਉਂਕਿ ਉਹ ਸਾਂਝ ਹੋਰ ਤਰ੍ਹਾਂ ਦੀ ਹੈ। ਤੇ ਜੇ ਹੁਣ ਦੇਸ਼ ਵਿਰੋਧੀ ਹਰਕਤਾਂ ਕਰਨੀਆਂ ਫਿਰ ਤਾਂ ਏਜੰਸੀਆਂ ਨੇ ਕਰਨਾ ਹੀ ਹੈ ਕੰਮ। ਦੂਜਾ ਰਾਜਵਾਲੀ ਸਾਹਿਬ ਦੀ ਮੈਂ ਗੱਲ ਦੱਸਾਂ ਕਿ ਉਹਨਾਂ ਦੇ ਇੱਕ ਸ਼ਾਗਿਰਦ ਨੇ ਇੱਥੇ ਪਿੰਡ ਕਸਾਈਵਾੜਾ ਸ਼ਾਇਦ ਉੱਥੇ ਨੇ, ਬਜ਼ੁਰਗ ਹੈ ਜਿਉਂਦੇ ਨੇ ਹਲੇ, ਉਹਨਾਂ ਨੂੰ ਉਹ ਚਿੱਠੀਆਂ ਭੇਜਦੇ ਹੁੰਦੇ ਉਰਦੂ ਦੇ ਵਿੱਚ ਲਿਖ ਕੇ, ਸ਼ਾਹਮੁਖੀ ਸੀ ਅਸਲ ਦੇ ਵਿੱਚ, ਉਹ ਸ਼ਾਹਮੁਖੀ ਦੇ ਵਿੱਚ ਅੱਛਾ ਆਪਣੀਆਂ ਕਵਿਤਾਵਾਂ ਲਿਖ ਕੇ ਭੇਜਦੇ, ਫਿਰ ਉਹ ਇੱਥੋਂ ਵਾਲੇ ਉਹਨਾਂ ਨੂੰ ਪੜ੍ਹਦੇ, ਉਹ ਬਕਾਇਦਾ ਤਾਕੀਦ ਕੀਤੀ ਹੁੰਦੀ ਸੀ ਭਾਈ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਜੋੜ ਮੇਲ ਆ ਰਿਹਾ ਉਦੋਂ ਆਹ ਕਵਿਤਾ ਪੜ੍ਹਨੀ ਆ, ਨਵੀਂ ਭੇਜ ਰਹੇ ਹਾਂ, ਉਹਦੇ ਚੋਂ ਅਗਲਿਆਂ ਨੇ ਸੰਭਾਲ ਕੇ ਲੈਮੀਨੇਸ਼ਨ ਕਰਾ ਕੇ ਰੱਖੀਆਂ ਹੋਈਆਂ ਨੇ ਉਹ ਚੀਜ਼ਾਂ। ਸੋ ਇਹ ਸਾਂਝਾਂ ਸਾਡੀਆਂ ਆ ਉਧਰ, ਕਿਉਂਕਿ ਲੋਕਾਂ ਵਾਸਤੇ ਹਿੰਦੁਸਤਾਨ ਪਾਕਿਸਤਾਨ ਹੋ, ਪੰਜਾਬੀਆਂ ਦੇ ਵਾਸਤੇ ਤਾਂ ਚੜ੍ਹਦਾ ਤੇ ਲਹਿੰਦਾ ਪਾਕਿਸਤਾਨ ਹੀ ਆ, ਪੰਜਾਬ ਹੀ ਹੈ। ਜੀ ਖੈਰ ਆਪਾਂ ਇਸ ਮੁੱਦੇ ਤੇ ਮੁੜ ਗਏ ਤਾਂ ਜੀ, ਬੀਬੀ ਹਸਮਤ ਸੀ ਇਹ, ਇਹਨਾਂ ਦਾ ਪਿੰਡ ਹਾਂਜੀ ਜਿਹੜਾ ਖਡੂਰ ਸਾਹਿਬ ਸੀ, ਔਰ ਇਹ ਉੱਚੇ ਪਿੰਡ ਦੇ ਵਿੱਚ ਗਏ ਸੀ ਕਪੂਰਥਲੇ ਕਿਸੇ ਵਿਆਹ ਚ, ਉੱਥੇ ਹਾਂਜੀ ਉਦੋਂ ਵੱਢ ਟੁੱਕ ਸ਼ੁਰੂ ਹੋ ਗਈ ਤੇ ਫਿਰ ਪਰਿਵਾਰ ਨੂੰ ਉੱਧਰ ਜਾਣਾ ਪਿਆ, ਗਾਹਾਂ ਉੱਧਰ ਹੀ ਵਿਆਹੇ ਗਏ। 16 ਸਾਲ ਉਦੋਂ 14-15 ਸਾਲ ਦੀ ਉਮਰ ਸੀ, ਹੁਣ 76 ਸਾਲ ਇਹਨਾਂ ਦੀ ਉਮਰ ਹੋ, 76 ਸਾਲ ਤਾਂ ਵੰਡ ਨੂੰ ਹੋ ਚੁੱਕਿਆ, ਉਮਰ ਤਾਂ ਇਹਨਾਂ ਦੀ 90 ਸਾਲ। ਹਾਂਜੀ ਇੱਥੇ ਇਹਨਾਂ ਦਾ ਪਰਿਵਾਰ ਵੱਸਦਾ ਸੀ, ਫਿਰ ਉਹਨਾਂ ਦੇ ਯਤਨਾਂ ਦੇ ਰਾਹੀਂ ਵੀਜ਼ਾ ਮਿਲ ਗਿਆ, ਕਿਉਂਕਿ ਛੇਤੀ ਕਿਤੇ ਵੀਜ਼ਾ ਨਹੀਂ ਮਿਲਦਾ। ਤੇ ਇਹ ਬੀਬੀ ਆਪਦੇ ਪਿੰਡ ਨੂੰ ਆਪਦੀ ਜੰਮਣ ਭੋਏ ਨੂੰ ਤਾਂਘਦੀ ਸੀ, ਪਹੁੰਚੀ ਹੈ, ਪਰਿਵਾਰ ਭਾਵਕ ਹੈ। ਪਰ ਇਹੀ ਗੱਲ ਜਿਹੜੀ ਹੈ ਉਹ ਸਾਡੀਆਂ ਸਰਕਾਰਾਂ ਨੂੰ ਸੋਚਣੀ ਚਾਹੀਦੀ ਹੈ ਕਿ 90 ਸਾਲ ਦਾ ਬਜ਼ੁਰਗ, 70 ਸਾਲ ਦਾ ਬਜ਼ੁਰਗ ਜਾਂ ਉਦੋਂ ਵੱਡੇ, ਉਹ ਕਿਸੇ ਦਾ ਕੀ ਵਿਗਾੜ ਦੇਣਗੇ। ਸਵਾਰ ਤਾਂ ਸਕਦੇ ਆ ਉਹ ਦੁਆਵਾਂ ਦੇ ਨਾਲ, ਉਹ ਚੰਗੀਆਂ ਗੱਲਾਂ ਦੇ ਨਾਲ, ਉਹ ਚੰਗੇ ਸੁਨੇਹਿਆਂ ਦੇ ਨਾਲ, ਕਿਉਂਕਿ ਭਾਰਤ ਤੇ ਪਾਕਿਸਤਾਨ ਦੇ ਵਿੱਚ ਬੇਸ਼ੱਕ ਤਲਖੀ ਰਹੇ, ਇਹਦੇ ਰਾਜਨੀਤਿਕ ਕਾਰਨ ਬਹੁਤ ਸਾਰੇ ਹੋ ਸਕਦੇ ਆ, ਪਰ ਪੰਜਾਬ ਦੇ ਲੋਕਾਂ ਦੇ ਮਨਾਂ 'ਚ ਤਲਖੀ ਨਹੀਂ ਹੈ, ਨਾ ਇਧਰ ਲਿਆਂਦੇ ਨਾ ਉਧਰ ਲਿਆਂਦੇ, ਉਹ ਇੱਕ ਦੂਜੇ ਨੂੰ ਮਿਲਣਾ ਚਾਹੁੰਦੇ ਨੇ। ਤੇ ਰਾਓ ਸਾਹਿਬ ਵੱਡੀ ਗੱਲ ਇਹੀ ਹੈ ਨਾ, ਇੱਕ ਇਹੀ ਤਾਂ ਥਾਂ ਹੈ ਨਾ ਜਿੱਥੇ ਤੁਸੀਂ ਆਪਦੇ ਮੁਲਕ ਤੋਂ ਬਾਹਰ ਜਾ ਕੇ ਦੂਜੇ ਮੁਲਕ ਦੇ ਵਿੱਚ ਆਪਦੀ ਮਾਂ ਬੋਲੀ 'ਚ ਗੱਲ ਕਰ ਸਕੋ। ਮੇਰੇ ਦੋਸਤ ਨੇ ਸ਼ੀਨਾ ਸਾਹਿਬ, ਤੁਸੀਂ ਵੀ ਜਾਣਦੇ ਹੋ ਕੁਲਵਿੰਦਰ ਸ਼ੀਨਾ ਹੋਰੇ, ਉਹ ਜਦੋਂ ਪਾਕਿਸਤਾਨ ਗਏ ਉੱਥੋਂ ਕੈਨੇਡਾ ਤੋਂ ਆਏ ਸੀ, ਉਹ ਕਹਿੰਦੇ ਵੀ ਜਿੰਨਾ ਸਾਨੂੰ ਮਾਨ ਤਾਨ ਉੱਥੇ ਮਿਲਿਆ ਜ਼ਿੰਦਗੀ 'ਚ ਹੋਰ ਕਿਤੇ ਮਿਲਿਆ ਹੀ ਨਹੀਂ, ਕਿਉਂਕਿ ਇੱਕ ਤਾਂ ਹਾਂਜੀ ਸਰਦਾਰ ਆ ਜਿਹਦੇ ਪੱਗ ਬੰਨੀ ਆ ਉਧਰਲੇ, ਉਹ ਫੋਟੋ ਜ਼ਰੂਰ ਖਿਚਾਉਂਦੇ ਆ ਉਹਦੇ ਨਾਲ ਖੜ ਕੇ, ਦੂਸਰਾ ਉਹ ਗੱਲਾਂ ਬਾਤਾਂ ਕਰਦੇ ਆ, ਤੇ ਦੂਜਾ ਹੈ ਕਿ ਚਾਹੇ ਮਾਝੇ ਦੀ ਬੋਲੀ ਹੋਵੇ ਜਾਂ ਲਾਹੌਰ ਦੀ ਹੋਵੇ, ਦੋਵਾਂ ਦਾ ਕੋਈ ਫਰਕ ਕਿੰਨਾ ਕੁ ਤਾਂ ਬੋਲੀ ਆਪਦੀ ਆ। ਕਹਿੰਦੇ ਜਿਹੜੇ ਤਰੀਕੇ ਨਾਲ ਸਵਾਗਤ ਉੱਥੇ ਹੋਇਆ ਨਾ, ਵੀ ਉਹ ਕਦੇ ਭੁੱਲ ਨਹੀਂ ਸਕਦੇ। ਮੈਨੂੰ ਕਹਿੰਦੇ ਤੇਰੀ ਕੀ ਟਿੱਪਣੀ ਹੈ, ਮੈਂ ਇੱਕੋ ਹੀ ਗੱਲ ਆ ਨਾ, ਇੱਕ ਤੁਹਾਨੂੰ ਹੋਰ ਦੇਸ਼ ਦੇ ਵਿੱਚ ਤੁਹਾਡੀ ਮਾਂ ਬੋਲੀ ਦੇ ਜੇ ਕੋਈ ਸਵਾਗਤ ਹੁੰਦਾ, ਉਹ ਪਾਕਿਸਤਾਨ ਹੀ ਕਰ ਸਕਦਾ ਪੰਜਾਬੀਆਂ ਦਾ, ਹੋਰ ਕਿਤੇ ਸਾਡੀ ਮਾਂ ਬੋਲੀ ਹੈ ਜਿਹੜੀ ਉਹਦੀ ਬੋਲੀ ਜਾਂਦੀ। ਇਸ ਕਰਕੇ ਸਾਡੀ ਇੱਕ ਦੂਜੇ ਨਾਲ ਜਿਹੜੀ ਸਾਂਝ ਹੈ, ਭਾਵਿਕ ਸਾਂਝ ਹੈ, ਬਹੁਤ ਵੱਡਾ ਇਤਿਹਾਸ ਹੈ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਪਿਆ, ਤੇ ਇਧਰਲੇ ਪਾਸੇ ਵੀ ਬੜਾ ਕੁਛ ਉਹਨਾਂ ਦਾ ਪਿਆ। ਯਾਦਾਂ ਨੂੰ ਤੁਸੀਂ ਮਨਫੀ ਨਹੀਂ ਕਰ ਸਕਦੇ ਚੇਤਿਆਂ ਤੋਂ, ਇਹ ਇੱਥੇ ਇਵੇਂ ਹੀ ਰਹਿਣਗੀਆਂ, ਜਜ਼ਬਾਤ ਇਵੇਂ ਜੁੜੇ ਰਹਿਣਗੇ। ਸਾਡੇ ਸੰਗੀਤ ਦੀ ਗੱਲ ਕਰਨੀ ਹੋਵੇ, ਨੁਸਰਤ ਫਤਿਹ ਅਲੀ ਖਾਨ ਸਾਹਿਬ ਹੈ ਨਾ, ਜਦੋਂ ਉਹਨਾਂ ਦਾ ਜ਼ਿਕਰ ਆਉਂਦਾ, ਤੇ ਜੇ ਕਿਤੇ ਨਾਂ ਲਿਖਿਆ ਜਾਊਗਾ ਵੀ ਕਿਹੜੇ ਘਰਾਣੇ ਦੇ ਸੀ, ਕਿਉਂਕਿ ਸੰਗੀਤ ਦੇ ਅੱਡ ਅੱਡ ਘਰਾਣੇ ਚੱਲਦੇ ਆ, ਤਾਂ ਉਹਨਾਂ ਦਾ ਸੰਬੰਧ ਪਟਿਆਲੇ ਘਰਾਣੇ ਨਾਲ ਆਉਂਦਾ। ਤੇ ਪਟਿਆਲਾ ਘਰਾਣਾ ਕਿੱਥੇ ਆ ਫਿਰ, ਉਹਦੀ ਜੇ ਸ਼ੁਰੂਆਤ ਕਿਤੇ ਨਾ ਕਿਤੇ ਪਟਿਆਲੇ ਤੋਂ ਤਾਂ ਹੋਈ ਆ ਨਾ, ਉਹ ਜਿੱਥੇ ਮਰਜ਼ੀ ਚੱਲ ਜਾਣ। ਗੁਲਾਮ ਅਲੀ ਖਾਨ ਸਾਹਿਬ ਆ ਜਿਹੜੇ, ਉਹਨਾਂ ਦਾ ਵੀ ਜਿਹੜਾ ਸੰਬੰਧ ਹੈ ਸੰਗੀਤ ਦਾ, ਉਹ ਪਟਿਆਲੇ ਘਰਾਣੇ ਨਾਲ, ਹਾਲਾਂਕਿ ਦੋਵਾਂ ਦੀ ਗਾਇਕੀ ਦੇ ਵਿੱਚ ਫਰਕ ਸੀ। ਇੱਧਰ ਵੀ ਸਾਡੇ ਕੋਲੇ ਬਹੁਤ ਸਾਰਾ ਕੁਛ ਹੈ। ਇੱਕ ਸ਼ਾਮ 84 ਘਰਾਣਾ ਹੈ, ਉਹ ਸ਼ਾਮ 84 ਤੋਂ ਸ਼ੁਰੂ ਹੋਇਆ ਸੀ ਸ਼ਾਇਦ, ਬਿਨਾਂ ਸ਼ੱਕ ਉਹਦੇ ਨਾਲ ਕੋਈ ਸੰਬੰਧ ਹੋਊ। ਉਹਦੇ ਵੀ ਜਿਹੜੇ ਵੱਡੇ ਵੱਡੇ ਗਾਇਕ ਹੈ ਉਹ ਪਾਕਿਸਤਾਨ ਦੇ ਵਿੱਚ ਬੈਠੇ ਨੇ। ਤਾਂ ਫਿਰ ਤੁਸੀਂ ਦੇਖੋ ਕਿ ਸਾਡੇ ਦੋ ਇਹੋ ਜਿਹੇ ਘਰਾਣੇ ਨੇ ਜਿਨ੍ਹਾਂ ਦੀ ਗਾਈ ਹੋਈ ਕੋਈ ਵੀ ਗੱਲ ਹੈ ਉਹ ਦੁਨੀਆ ਦੇ ਵਿੱਚ ਪੰਜਾਬੀ ਨਹੀਂ, ਹੋਰ ਕਮਿਊਨਿਟੀ 'ਚ ਵੀ ਸੁਣਦੀ ਹੈ। ਇੱਕ ਸੰਗੀਤ ਦਾ ਰਿਸ਼ਤਾ, ਦੂਜਾ ਗੁਰਬਾਣੀ ਦਾ ਰਿਸ਼ਤਾ, ਇਹ ਸਾਡਾ ਉਹ ਹੈ, ਕਿਉਂਕਿ ਗੁਰਬਾਣੀ ਦੀ ਗੱਲ ਹੈ ਜਿਹੜੀ ਰਾਓ ਸਾਹਿਬ ਉਹ ਨਾਲ ਆਪਾਂ ਇਸ ਕਰਕੇ ਵੀ ਕਰਦੇ ਹਾਂ, ਇਹ ਗੁਰੂ ਨਾਨਕ ਸਾਹਿਬ ਦੀ ਜਿਹੜੀ ਜ਼ਿਆਦਾ ਬੋਲੀ ਹੈ ਉਹ ਪੋਠੋਹਾਰ ਦੀ ਹੈ, ਪਰ ਪੋਠੋਹਾਰੀ ਬੋਲੀ ਹੈ ਜਿਹੜੀ ਜਦੋਂ ਗੁਰਬਾਣੀ ਦੇ ਵਿੱਚ ਹੈ, ਤਾਂ ਜਾਂ ਹੋਰ ਵੀ ਚੀਜ਼ਾਂ ਨੇ, ਉਹ ਇੱਕ ਸਾਂਝ ਹੈ। ਮਤਲਬ ਜੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਪੜ੍ਹਨਾ ਤਾਂ ਸਾਨੂੰ ਇਸ ਗੱਲ ਦੇ ਵੱਲ ਵੀ ਬਹੁਤ ਖਿਆਲ ਰੱਖਣਾ ਪੈਂਦਾ ਕਿ ਕਿਹੜੀ ਭਾਸ਼ਾ ਕਿੱਥੋਂ ਆਈ, ਕਿਵੇਂ ਆਈ, ਤਾਂ ਉਹ ਉੱਥੇ ਦੇ ਜਿਹੜੇ ਲੋਕ ਹੋਣਗੇ ਕਿਤੇ ਨਾ ਕਿਤੇ ਉਹ ਵੀ ਸਾਡੇ ਵਾਸਤੇ ਆਪਣੇ ਤਾਂ ਹੈਗੇ ਇਹਨਾਂ ਨੂੰ, ਆਪਣਾਤ ਦਾ ਰਿਸ਼ਤਾ ਤਾਂ ਉਹਨਾਂ ਦੇ ਨਾਲ ਹੈਗਾ ਹੀ ਆ। ਬਸ ਇਹ ਹੈ ਕਿ ਜਿਹੜਾ ਸਿਆਸੀ ਲੋਕ ਹੈ ਇਹਨਾਂ ਨੂੰ ਆਪਦਾ ਤਾਣਾ ਬਾਣਾ ਚਲਾਉਣਗੇ, ਜਿਹੜੀ ਮੁਹੱਬਤ ਭਗਾਉਣ ਵਾਲੇ ਲੋਕ ਨੇ ਉਹਨਾਂ ਦੇ ਵਾਸਤੇ ਕੰਧਾਂ ਨਾ ਹੋਣ ਤੇ ਬਾਰਡਰ ਨਾ ਹੋਣ, ਉਹ ਸੌਖੇ ਆ ਜਾ ਸਕਣ, ਉਹਨਾਂ ਨੇ ਬੰਬ ਨਹੀਂ ਲਿਜਾਣੇ, ਉਹ ਤਾਂ ਫੁੱਲ ਲੈ ਕੇ ਜਾਣ। ਨਾਲੇ ਸਿੱਧੂ ਸਾਹਿਬ ਆਪਣੇ ਵਰਗੇ ਆਮ ਲੋਕ ਹੁੰਦੇ ਨੇ, ਜਿਹੜੇ ਆਮ ਜਨਤਾ ਨਾਗਰਿਕ ਹੁੰਦੇ ਨੇ ਕਿਸੇ ਵੀ ਦੇਸ਼ ਦੇ, ਉਹਦੇ ਵਾਸਤੇ ਤਾਂ ਦੇਸ਼ ਦਾ ਮਤਲਬ ਆਪਸੀ ਭਾਈਚਾਰਾ, ਸਾਂਝ, ਰਿਸ਼ਤੇ ਇਹੀ ਹੁੰਦਾ ਹੈ ਨਾ। ਜਿਹੜੇ ਸਿਆਸੀ ਲੋਕ ਹੁੰਦੇ ਨੇ ਉਹਨਾਂ ਵਾਸਤੇ ਜ਼ਮੀਨ ਦੇ ਟੁਕੜੇ ਹੁੰਦੇ ਨੇ, ਉਹਨਾਂ ਨੇ ਲਕੀਰਾਂ ਦੇਖਣੀਆਂ ਨੇ ਵੀ ਕਿੱਥੇ ਤੱਕ ਪਹੁੰਚੀਆਂ ਨੇ,
ਸਾਡਾ ਦੇਸ਼ ਕਿੰਨਾ ਬੜਾ ਹੋ ਗਿਆ, ਪਰ ਆਪਾਂ ਇਹ ਸੋਚਦੇ ਹਾਂ ਵੀ ਆਪਣੇ ਰਿਸ਼ਤੇ ਕਿੰਨੇ ਗੂੜੇ ਨੇ, ਆਪਸ 'ਚ ਸਾਂਝ ਕਿੰਨੀ ਹੈ, ਆਪਣਾ ਆਪਣੇ ਵਾਸਤੇ ਉਹ ਆਪਣਾ ਦੇਸ਼ ਜਾਂ ਆਪਣਾ ਮੁਲਕ ਉਹੀ ਹੁੰਦਾ ਮੇਰੇ ਖਿਆਲ 'ਚ। ਤੁਸੀਂ ਗੁਰਬਾਣੀ ਦੀ ਗੱਲ ਕੀਤੀ, ਗੁਰੂ ਨਾਨਕ ਦੇਵ ਜੀ ਦੀ ਗੱਲ ਕੀਤੀ, ਇਹਦੇ ਨਾਲ ਆਪਾਂ ਇਹ ਵੀ ਦਰਸ਼ਕਾਂ ਨੂੰ ਦੱਸ ਦਈਏ ਕਿ ਕੱਲ੍ਹ ਵਾਲਾ ਜਿਹੜਾ ਪਰਸੋਂ ਦਾ ਚੱਲ ਰਿਹਾ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਨੂੰ ਲੈ ਕੇ ਰੇੜਕਾ ਚੱਲ ਰਿਹਾ ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਦੇ ਵਿਚਾਲੇ, ਉਹ ਕਿੱਥੇ ਤੱਕ ਪਹੁੰਚਿਆ ਜੀ? ਉਹ ਰੇੜਕਾ ਜੀ ਹਜੇ ਤਾਂ ਵਿਧਾਨ ਸਭਾ 'ਚ ਪਹੁੰਚੂਗਾ ਅੱਜ ਤਾਂ, ਉਦੋਂ ਬਾਅਦ ਮੈਨੂੰ ਅੱਛਾ ਲੱਗਦਾ ਕਿ ਅਦਾਲਤੀ ਚੱਕਰ 'ਚ ਜ਼ਰੂਰ ਪਹੁੰਚਣਾ ਹੈ। ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਯਤਨ ਕੀਤੇ ਜਾ ਰਹੇ ਨੇ ਕਿ ਜੀ ਇਹ ਗੁਰਬਾਣੀ ਦਾ ਅਧਿਕਾਰ ਹੈ, ਹਰੇਕ ਚੈਨਲ ਨੂੰ ਪ੍ਰਕਾਸ਼ ਕਰਨ ਦਾ ਹੋਵੇ, ਬ੍ਰੌਡਕਾਸਟ ਜਾਂ ਹਾਂ ਜੀ ਟੈਲੀਵਿਜ਼ਨ ਦੇ ਉੱਤੇ ਟੈਲੀਕਾਸਟ, ਜਾਂ ਇਹ ਤੋਂ ਬਾਅਦ ਫਿਰ ਆਹ ਬਾਕੀ ਸਟ੍ਰੀਮਿੰਗ ਹੈ ਜਿਹੜੀ ਇਹਦੇ ਤੇ। ਪਰ ਹਾਂ ਸ਼੍ਰੋਮਣੀ ਜੀ ਕਮੇਟੀ ਹੈ ਜਦੋਂ ਬਣੀ ਹੈ ਉਦੋਂ ਗੁਰਦੁਆਰਾ ਐਕਟ ਦੇ ਵਿੱਚ ਇਹ ਗੱਲ ਹੈ ਨਹੀਂ ਸੀ ਕਿ ਬ੍ਰੌਡਕਾਸਟਿੰਗ ਵਾਲਾ ਕੋਈ, ਕਿਉਂਕਿ ਮੱਦ ਹੀ ਨਹੀਂ ਸੀ ਉਦੋਂ, ਹਾਲਾਂਕਿ ਰੇਡੀਓ ਹਾਂ ਉਦੋਂ ਆ ਗਿਆ ਸੀ, ਨਹੀਂ ਹੁੰਦਾ ਉਦੋਂ ਧਿਆਨ ਕਈ ਵਾਰੀ ਕਿਸੇ ਮਸਲੇ ਦਾ ਗਾਂ ਕੀ ਹੋ ਸਕਦਾ ਸਾਨੂੰ ਅੱਜ ਨਹੀਂ ਪਤਾ, ਹਨਾ ਉਸ ਹਾਂ ਤਰੀਕੇ ਨਾਲ ਉਹ ਜੀ ਵਿਧੀ ਵਿਧਾਨ ਬਣਿਆ ਹੋਊਗਾ। ਮੁੱਖ ਮੰਤਰੀ ਸਾਹਿਬ ਹੈ ਜਿਹੜੇ ਉਹ ਕਹਿੰਦੇ ਕਿ ਮੈਂ ਜਿਹੜਾ ਗੁਰਬਾਣੀ ਦੇ ਪ੍ਰਸਾਰਣ ਦੇ ਵਾਸਤੇ ਇਹ ਵਿਉਂਤਬੰਦੀ ਕੀਤੀ ਹੈ, ਕੱਲ ਉਹਨਾਂ ਦੇ ਕੈਬਨਿਟ 'ਚ ਮਤਾ ਪਾਸ ਹੋਇਆ, ਅੱਜ ਸੈਸ਼ਨ 'ਚ ਹੋਊਗਾ, ਸੈਸ਼ਨ 'ਚੋਂ ਪਾਸ ਵੀ ਹੋ ਜਾਊਗਾ, ਇਹ ਤਾਂ ਪਤਾ ਹੀ ਹੈ ਕਿਉਂਕਿ ਸੈਸ਼ਨ ਹੀ ਜੋ ਬਹੁਗਿਣਤੀ ਜਿੱਤੇ ਹੋਊਗੀ। ਗਾਂ ਕੀ ਹੋਊਗਾ ਕਿ ਇਹ ਮਤਾ ਜਿਹੜਾ ਉਹ ਰਾਜਪਾਲ ਦੇ ਕੋਲੇ ਜਾਊਗਾ, ਰਾਜਪਾਲ ਨੂੰ ਪਾਸ ਕਰਦੇ ਨੇ ਜਾਂ ਰੋਕਦੇ ਨੇ ਉਹ ਦੇਖਣਾ ਹੋਊ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਹੈ, ਸੋਰੀ, ਉਹਦੇ ਵੱਲੋਂ ਵਾਰ ਵਾਰ ਇੱਕੋ ਗੱਲ ਆਖੀ ਜਾਂਦੀ ਹੈ ਕਿ ਇਹ ਗਲਤ ਹੈ, ਸਿੱਖ ਮਾਮਲਿਆਂ 'ਚ ਦਖਲ ਅੰਦਾਜ਼ੀ ਹੈ। ਸ਼੍ਰੋਮਣੀ ਕਮੇਟੀ ਰੋਕਣ ਦੇ ਵਾਸਤੇ ਵਜਾਇਦਾ, ਉਹਨਾਂ ਦੇ ਨਾਲ ਬਹੁਤ ਸਾਰੀਆਂ ਧਿਰਾਂ ਇਸ ਮਾਮਲੇ 'ਚ ਆ ਗਈਆਂ ਕਿ ਇਹ ਗਲਤ ਹੋ ਰਿਹਾ ਹੈ ਤੇ ਪੰਜਾਬ ਸਰਕਾਰ ਦੇ ਕੋਲੇ ਕੋਈ ਅਧਿਕਾਰ ਹੀ ਨਹੀਂ ਗੁਰਦੁਆਰਾ ਐਕਟ ਦਾ। ਪਰ ਜਦੋਂ ਹਰਿਆਣੇ ਦੇ ਵਾਸਤੇ ਵੱਖਰੀ ਗੁਰਦੁਆਰਾ ਕਮੇਟੀ ਬਣੀ, ਇਹੀ ਗੱਲ ਉਦੋਂ ਉਹਨਾਂ ਨੇ ਆਖੀ ਸੀ ਕਿ ਸ਼੍ਰੋਮਣੀ ਕਮੇਟੀ ਜਾਂ ਗੁਰਦੁਆਰਾ ਐਕਟ ਹੈ ਜਿਹੜਾ ਇਹ ਇੰਟਰਸਟੇਟ ਬੋਡੀ ਹੈ, ਹਾਂ ਜੀ ਇਸ ਕਰਕੇ ਹਰਿਆਣਾ ਇਹਦੇ 'ਚ ਦਖਲਅੰਦਾਜ਼ੀ ਨਹੀਂ ਕਰ ਸਕਦਾ। ਉਦੋਂ ਸੁਪਰੀਮ ਕੋਰਟ ਨੇ ਇਹ ਤਰਕ ਦੇ ਕੇ ਕਿ ਇੰਟਰਸਟੇਟ ਨਹੀਂ ਸਟੇਟ ਬੋਡੀ ਹੈ, ਹਰਿਆਣੇ ਨੂੰ ਵੱਖਰੀ ਕਮੇਟੀ ਬਣਾਉਣ ਦਾ ਅਧਿਕਾਰ ਦਿੱਤਾ ਸੀ। ਉਹੀ ਹਾਂਜੀ ਗੱਲ ਨੂੰ ਆਧਾਰ ਬਣਾ ਕੇ ਮੁੱਖ ਮੰਤਰੀ ਨੇ ਜਿਹੜੀ ਅਗਲੀ ਸ਼ੁਰੂਆਤ ਕੀਤੀ ਹੈ ਕਿ ਅਸੀਂ ਇਹ ਸਾਰਿਆਂ ਨੂੰ ਅਧਿਕਾਰ ਦੇਣੇ ਆ, ਇਹ ਗੱਲ ਚੰਗੀ ਹੈ। ਪਰ ਦੂਜੀ ਗੱਲ ਇਹ ਹੈ ਕਿ ਸਰਕਾਰ ਇਸ ਮਾਮਲੇ 'ਚ ਆ ਰਹੀ ਹੈ, ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਕਿ ਪੰਥ ਦੇ ਮਸਲਿਆਂ 'ਚ ਕਿਉਂ ਆ ਰਹੀ ਹੈ, ਪਰ ਸ਼ਾਇਦ ਅਜੇ ਤੱਕ ਸਰਕਾਰ ਨੇ ਸਿੱਧੀ ਇਨਵੋਲਵਮੈਂਟ ਇਸ ਮਾਮਲੇ 'ਚ ਕੀਤੀ ਨਹੀਂ। ਇਹਦਾ ਅਸਰ ਕਿਹੋ ਜਿਹਾ ਜਾਊ, ਇਹਨੂੰ ਇੰਟਰਪ੍ਰੇਟ ਕਿਵੇਂ ਕੀਤਾ ਜਾਊ, ਇਹ ਦੋਨੇ ਗੱਲਾਂ ਆਉਣ ਵਾਲੇ ਦਿਨਾਂ 'ਚ ਦੇਖਣ ਵਾਲੀਆਂ ਹੋਣਗੀਆਂ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਵੀ ਅਗਲੀ ਵਿਉਂਤਬੰਦੀ ਹੈ ਕਿ ਇੱਕ ਤਾਂ ਉਹ ਰਾਜਪਾਲ ਨੂੰ ਮਿਲਣਗੇ ਕਿ ਹਾਂਜੀ ਭਾਈ ਇਹ ਜਿਹੜਾ ਬਿੱਲ ਹੈ ਉਹ ਪਾਸ ਨਾ ਕੀਤਾ ਜਾਵੇ। ਹਾਂਜੀ ਅੱਗੇ ਉਹਨਾਂ ਨੇ ਫਿਰ ਕਾਨੂੰਨੀ ਚਾਰਾਜੋਈਆਂ ਵੀ ਕਰਨੀਆਂ, ਤੇ ਤੀਜੀ ਗੱਲ ਹੈ ਸ਼੍ਰੋਮਣੀ ਕਮੇਟੀ ਦੇ ਉੱਤੇ ਜਿੰਨੇ ਵੀ ਹੁਣ ਅਧਿਕਾਰੀ ਕਰਮਚਾਰੀ ਹੈ ਉਹਨਾਂ ਦੇ ਆਕਾ ਇਸ ਗੱਲ ਨੂੰ ਕਿਵੇਂ ਬਰਦਾਸ਼ਤ ਕਰਨਗੇ ਕਿ ਜਿਹੜਾ ਕੁਝ ਸਿਰਫ ਸਿਰਫ ਤੇ ਸਿਰਫ ਸਾਡਾ ਹੈ ਉਹਨੂੰ ਕੋਈ ਹੋਰ ਕਿਵੇਂ ਚਲਾ ਸਕਦਾ ਹੈ। ਸੋ ਤਾਂ ਕਰਕੇ ਉਹਨਾਂ ਨੇ ਵੀ ਪੂਰੇ ਦੀ ਪੂਰੀ ਜਿਹੜੀ ਬਾਂਹ ਮਰੋੜੀ ਹੋਣੀ ਆ ਆਪਦੇ ਹੇਠਲਿਆਂ ਦੀ ਕਿ ਤੁਸੀਂ ਭਾਈ ਹਰ ਹਾਂਜੀ ਤਰ੍ਹਾਂ ਦਾ ਹੀਲਾ ਵਸੀਲਾ ਵਰਤੋ, ਆਪਣੇ ਜੂਲੇ ਹੇਠੋਂ ਆਪਣੇ ਹਾਲ ਦੇ ਹੇਠੋਂ ਇਹ ਚੀਜ਼ਾਂ ਨਹੀਂ ਨਿਕਲਣੀਆਂ ਚਾਹੀਦੀਆਂ। ਸੋ ਚਾਹੇ ਉਹ ਗੁਰਬਾਣੀ ਹੋਵੇ ਜਾਂ ਕੁਝ ਹੋਰ, ਅਗਲਿਆਂ ਦਾ ਮਤਲਬ ਕਮਰਸ਼ੀਅਲ ਹੈ। ਸੋ ਕਿਉਂਕਿ ਜੇ ਉਹਨਾਂ ਦੇ ਚੈਨਲ ਦੇ ਉੱਤੇ ਚੱਲ ਸਕਦੀਆਂ ਇਹ ਚੀਜ਼ਾਂ, ਕੱਲਾ ਪ੍ਰਸਾਰ ਕਰਨ ਦਾ ਜ਼ਿੰਮੇਵਾਰੀ ਉਹਨਾਂ ਦੀ ਤਾਂ ਨਹੀਂ, ਰਾਜਨੀਤਿਕ ਸੇਵਾ ਬਥੇਰਾ ਕਰ ਲਿਆ, ਹੁਣ ਹੋਰ ਵੀ ਜਿਹੜੀਆਂ ਧਿਰਾਂ ਨੇ ਉਹ ਵੀ ਤਾਂ ਚਾਹੁੰਦੇ ਆ ਨਾ, ਉਹ ਵੀ ਕਰ ਸਕਦੇ ਆ ਵੱਖ ਵੱਖ ਪਲੇਟਫਾਰਮ ਜਾਂ ਜਿਹੜੇ, ਉੱਥੇ ਵੀ ਇਹ ਗੱਲ ਹੋਣੀ ਚਾਹੀਦੀ ਹੈ। ਇਸ ਗੱਲ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਕੋਲੇ ਸਿੱਧਾ ਜਾਂ ਸਿੱਧਾ ਜਵਾਬ ਕੋਈ ਨਹੀਂ, ਕਿਉਂਕਿ ਇਹ ਕੰਟਰੈਕਟ ਹੈ ਜਿਹੜਾ ਪੀਟੀਸੀ ਦੇ ਨਾਲ ਚੱਲ ਰਿਹਾ ਗੁਰਬਾਣੀ ਪ੍ਰਸਾਰਣ ਦਾ, ਉਹ ਵੀ ਛੇਤੀ ਖਤਮ ਹੋਣ ਵਾਲਾ ਹੈ, ਤੇ ਉਦੋਂ ਹਾਂਜੀ ਕਹਿੰਦੇ ਸੀ ਕਿ ਅਸੀਂ ਉਹਦੇ ਵਾਸਤੇ ਬਕਾਇਦਾ ਤੌਰ ਦੇ ਉੱਤੇ ਟੈਂਡਰ ਮੰਗਾਂਗੇ, ਹਾਲਾਂਕਿ ਵਿੱਚ ਵਿੱਚ ਆਖਦੇ ਕਿ ਗੁਰਬਾਣੀ ਨੂੰ ਵੇਚਿਆ ਨਹੀਂ ਜਾ ਸਕਦਾ ਜਾਂ ਕੁਝ ਹੋਰ ਹੈ, ਇਹ ਤਾਂ ਸ਼ਬਦ ਹੀ ਗਲਤ ਵਰਤੇ ਸੀ। ਤੇ ਜੇ ਗੁਰਬਾਣੀ ਦੇ ਪ੍ਰਸਾਰਣ ਦੇ ਅਧਿਕਾਰ ਦਿੱਤੇ ਨੇ ਜਾਂ ਜਿਹੜੇ ਕੁਝ ਉਹਦੇ ਪੈਸੇ ਲਏ ਜਾਂਦੇ ਨੇ ਚਾਹੇ ਉਹ ਜਾਂ ਦਿੱਤੇ ਜਾਂਦੇ ਜੋ ਵੀ ਹੈ, ਉਹਦਾ ਮਤਲਬ ਕੀ ਹੈ? ਸੋ ਬਹੁਤ ਵੱਡਾ ਤੇ ਇੱਕ ਗੁੰਝਲਦਾਰ ਮਸਲਾ ਹੋ ਗਿਆ। ਇੱਕ ਜਿਹੜੀ ਨਾਲ ਗੱਲ ਤਲਪੀ ਕਿ ਮੁੱਖ ਮੰਤਰੀ ਨੇ ਇਸੇ ਇਹਦੇ ਜ਼ਰੀਏ ਜਿਹੜਾ ਬੀਬੀ ਮਾਣੂਕੇ ਵਾਲਾ ਮਸਲਾ ਸੀਗਾ ਉਹਨੂੰ ਠੰਡਾ ਪਾਤਾ, ਕਟਾਰੂ ਚੱਕ ਵਾਲਾ ਮਸਲਾ ਉਹਨੂੰ ਠੰਡਾ ਪਾਤਾ, ਹੋਰ ਮਸਲਾ ਜਿਹੜੇ ਉਹ ਠੰਡੇ ਪਾਤੇ, ਪਤਾ ਨਹੀਂ ਉਹ ਠੰਡੇ ਪੈਣਗੇ ਕਟਾਰੂ ਚੱਕ ਕਰਕੇ ਜਾਂ ਗਰਮ ਰਹਿਣਗੇ, ਉਹ ਰਹੀ ਗੱਲ ਅੱਡ। ਪਰ ਇੱਕ ਵਾਰ ਇਹ ਹੈ ਕਿ ਇੱਕ ਨਵੀਂ ਜਿਹੜੀ ਚਰਚਾ ਛਿੜੀ ਹੈ, ਇਹ ਕਹਾਣੀ ਹੈ ਜਿਹੜੀ ਪਤਾ ਨਹੀਂ ਕਿੱਧਰ ਲੈ ਕੇ ਜਾਓ। ਸ਼ੁਕਰੀਆ ਸਿੱਧੂ ਸਾਹਿਬ, ਮਿਹਰਬਾਨੀ ਜੀ, ਬਹੁਤ ਬਹੁਤ। ਬਹੁਤ ਧੰਨਵਾਦ ਰਾਓ ਸਾਹਿਬ ਜੋੜਨ ਦੇ ਵਾਸਤੇ ਤੇ ਜੋੜਨ ਦੇ ਵਾਸਤੇ।